देख रहे सारे दर्शकों को साढ़े वालों बहुत प्यार दे नाल जय गुरदेव ते गुड इवनिंग जी। असी महक पंजाब दे प्रोग्राम लैके आ बैठे, हो सकदा तुसी भी सारे भैन भरा रेडी होवोगे ते असी तुहाड़ा भी सारिआं दा कांछी टीवी दे बेड़े विच स्वागत करदे, जिन्हें भी दूर नेड़े देख रहे हैं ते सारिआं दा स्वागत करदे हां। ते तुसी भी आ के साडे नाल अपना जिद्दां रस्ता मिलाओ तां आपां फोन ते गल करांगे, ते बाकी असी ठीक ठाक हाँ। तुसी आप सारे दसो आ के भी तंदुरुस्त है, ठीक ठाक हो, अपने घरां दे विच चाह पानी चल रहा होगा। तो बाकी आपां प्रोग्राम दे विच तुहानूं पता महक पंजाब दे विच बोलियां घोड़ियां सुहाग लैके आईदा, जे किसी ने कविता पढ़नी होवे जां कोई भी कविता सुनाउणी होवे तां अपनी सुना सकदे आ, तुसी होर कोई गल्लबात करनी होवे उह भी कर सकदे आ। ते बाकी आपां प्रोग्राम नूं अग्गे वधाउंदे आ तां तुसी बुला लो जी पहला जय गुरदेव। हाँ जी दोस्तों, आप सब नूं जय गुरदेव जी, सत श्री अकाल जी ते वेरी गुड ईवनिंग। अज 22 नवंबर 2021 दिन सोमवार शाम दे 6 बज चुके हैं जी। प्रोग्राम कांछी टीवी दे मीडिया तो प्रसारित किया जा रहा थोड़े लिए, और ये प्रोग्राम मैं बलबीर सिंह राज ते मेरे नाल राणी राज साहिबा जी पेश करांगे। असीं उम्मीद करते हैं कि गल्लां बातां तुहाडे नाल चंगीयां होण, और ये भी उम्मीद करते हैं कि तुसीं सारा हफ्ता ठीक ठाक रहे होवोगे। और मौसम काफ़ी ठंडा हो गया ते कल तो ठंडा हो गया है, सैटरडे तक ठीक सी पर कल तो ठंडा हो गया, तो हुण माइनस वल नूं भी तुरिया हैगा, तो काफ़ी फ्रॉस्ट कोहरा काफ़ी हो गया। तो आपां सारिआं नूं ध्यान भी रखना इन्हां गल्लां दा भई बच के भी रहना हैगा, क्योंकि अचानक होया सारा कुछ। सो आप सब नूं असीं पिछले हफ्ते दे बहुत सारे प्रोग्राम जिहड़े होए आ, श्री गुरु नानक देव जी का प्रगट दिवस सी, उन्हां दीआं भी बहुत सारियां बधाइयां दिंदे आ। और दूजा उस दिन ही लांघा खुलण की गल भी चली सी बई उत्थे दर्शन होणगे सारिआं दे, ते उह भी वधिया गल होई आ। ते बाकी जिहड़े प्रोटेस्ट हो रहे सी दिल्ली दे दुआले ਉਹਨਾਂ ਵਾਲੇ ਵੀ ਬਾਰੇ ਵੀ ਗੱਲਬਾਤ ਸਾਹਮਣੇ ਆਈ ਜਾਵੇ, ਉਹ ਰੱਦ ਹੋਣਗੇ ਜਾਂ ਹੋ ਗਏ ਜਾਂ ਉਹਨਾਂ ਦੀਆਂ ਅਜੇ ਗੱਲਾਂ ਬਾਤਾਂ ਵਿੱਚ ਵਿਚਾਲੇ ਹੈਗੀਆਂ, ਪਰ ਉਮੀਦਾਂ ਹੋ ਗਈਆਂ ਸਾਰੀਆਂ। ਇੱਦਾਂ ਪਤਾ ਲੱਗਦਾ ਹੈਗਾ ਅੰਦਰੋਂ ਕੀ ਕੁਛ ਨਿਕਲਦਾ, ਬਾਅਦ 'ਚ ਪਤਾ ਲੱਗੂਗਾ ਜੀ। ਅਤੇ ਇਹਦੇ ਉੱਤੇ ਆਪਾਂ ਹੌਲੀ ਹੌਲੀ ਗੱਲਾਂ ਵੀ ਕਰਾਂਗੇ। ਹਾਂਜੀ, ਪਰ ਤੁਹਾਡੀ ਗੱਲ ਅਸੀਂ ਸ਼ੁਰੂ ਕਰਨ ਤੋਂ ਪਹਿਲਾਂ ਇਹ ਗੱਲ ਕਹਾਂਗੇ ਵੀ ਪ੍ਰੋਟੈਸਟ ਇਹ ਕਾਫੀ ਲੰਮਾ ਹੋਇਆ, ਸਾਲ ਇੱਕ ਲੱਗ ਗਿਆ, ਬਹੁਤ ਕੁਛ ਹੋਇਆ ਇਹਦੇ ਵਿੱਚ, ਉਹ ਸਾਰੀਆਂ ਗੱਲਾਂ ਆਪਾਂ ਨਾਲੇ ਨਾਲ ਕਰਾਂਗੇ ਵੀ, ਕਿਉਂਕਿ 700-800 ਬੰਦੇ ਦੀਆਂ ਜਾਨਾਂ ਵੀ ਗਈਆਂ ਹੈਗੀਆਂ, ਬਾਕੀ ਰੋਡਾਂ ਦੇ ਉੱਤੇ ਐਕਸੀਡੈਂਟ ਵਗੈਰਾ ਬਹੁਤ ਕੁਛ ਹੋਇਆ ਹੋਣਾ, ਜਿਨ੍ਹਾਂ ਦਾ ਰਿਕਾਰਡ ਹੀ ਨਹੀਂ ਹੋਇਆ ਹੋਣਾ ਕੁਛ ਵੀ, ਕਿੰਨਾ ਕੁ ਨੁਕਸਾਨ ਹੋਇਆ ਹੈਗਾ। ਔਰ ਇਹ ਸਾਰਾ ਕੁਛ ਕਰਨ ਦੇ ਬਾਵਜੂਦ ਆਪਾਂ ਇੱਕ ਤੁਹਾਡੇ ਲਈ ਕਹਾਵਤ ਵੀ ਰੱਖਾਂਗੇ ਜਿਹੜੀ ਆਮ ਲੋਕਾਂ ਵਿੱਚ ਪ੍ਰਚਲਿਤ ਹੈਗੀ, ਔਰ ਕਦੀ ਕਦੀ ਕਹਿੰਦੇ ਵੀ ਲੋਕ ਰੱਖਦੇ ਹੋਣੇ। ਹਾਂਜੀ ਹਾਂਜੀ ਰੱਖਦੇ ਹੋਣੇ ਪਹਿਲਾਂ। ਹਾਂਜੀ ਹੁਣੇ ਪਹਿਲਾਂ ਹੀ ਕਰ ਦਿੰਦੇ, ਫਿਰ ਤੁਹਾਡੀ ਘੋੜੀ ਬੋਲੀ ਚੱਲ ਪਊਗੀ, ਆਪਾਂ ਕਿਤੇ ਕਿਤੇ ਗੱਲ ਉਹ ਕਰਾਂਗੇ। ਹਾਂ, ਕਹਿੰਦੇ ਵੀ ਬੱਕਰੀ ਨੇ ਦੁੱਧ ਦਿੱਤਾ ਪਰ ਦਿੱਤਾ ਵਿੰਗਣਾ ਪਾ ਕੇ। ਹਾਂਜੀ, ਅਤੇ ਇਹ ਆਪਾਂ ਗੱਲ ਕਰਾਂਗੇ ਵੀ ਕਦੋਂ ਕਹਿ ਦਿੰਦੇ ਆ, ਅਤੇ ਕਦੋਂ ਇਹ ਕਹੀ ਜਾਣੀ ਚਾਹੀਦੀ ਆ, ਅਤੇ ਕਦੋਂ ਇਹ ਕਹਾਵਤ ਕੰਮ ਆਉਂਦੀ ਆ, ਇਹ ਹੁਣ ਵੀ ਕੰਮ ਆਉਂਦੀ ਆ ਜਾਂ ਇਹ ਤੁਹਾਨੂੰ ਲੱਗਦਾ ਬਈ ਕਿੱਥੇ ਇਹ ਹੈਗੀ ਆ ਗੱਲਬਾਤ ਵੀ ਬੱਕਰੀ ਨੇ ਦੁੱਧ ਦਿੱਤਾ ਪਰ ਦਿੱਤਾ ਮੀਂਗਣਾ ਪਾ ਕੇ। ਹਾਂਜੀ, ਅਤੇ ਆਪਾਂ ਦੇਖਾਂਗੇ ਕੀ ਇਹਦਾ ਰਿਜ਼ਲਟ ਨਿਕਲਦਾ ਹੈਗਾ, ਤਾਂ ਤੁਸੀਂ ਇਹਨੂੰ ਕਿੱਥੇ ਜੋੜ ਕੇ ਦੇਖਦੇ ਹੈਗੇ ਸਾਰੇ ਜਣੇ, ਤੁਹਾਡੇ ਮਨ ਵਿੱਚ ਇਹ ਕਿਹੜੀ ਗੱਲ ਆ ਵੀ ਇਹ ਕਦੋਂ ਗੱਲਬਾਤ ਹੋਈ ਆ। ਅਸੀਂ ਇਸ਼ਾਰਾ ਜ਼ਰੂਰ ਕਰ ਦਿੱਤਾ ਤੁਹਾਨੂੰ ਪਹਿਲਾਂ ਹੀ, ਸੋ ਉਮੀਦ ਕਰਦੇ ਤੁਹਾਨੂੰ ਤੁਹਾਡੇ ਵਿੱਚੋਂ ਵੀ ਕੁਛ ਨਿਕਲ ਕੇ ਸਾਹਮਣੇ ਆਊਗਾ। ਅਤੇ ਜੇ ਹਾਂਜੀ ਕਰੋ ਤੁਸੀਂ ਸ਼ੁਰੂ, ਆਪਣੇ ਕੋਲ ਕਹਿਣ ਲਈ ਬੜਾ ਕੁਛ ਹੈਗਾ, ਅਤੇ ਆਪਾਂ ਹੌਲੀ ਹੌਲੀ ਵਿੱਚ ਵਿੱਚ ਕਹਾਂਗੇ। ਅਤੇ ਜੇ ਤੁਸੀਂ ਸਾਨੂੰ ਟਾਈਮ ਵਿਚਾਲੇ ਨਾ ਦਿੱਤਾ ਨਾ, ਪ੍ਰੋਗਰਾਮ ਜ਼ਿਆਦਾ ਬਿਜ਼ੀ ਹੋ ਗਿਆ, ਪਹਿਲੀ ਵਾਰੀ ਪਿਛਲੀ ਵਾਰੀ ਬਹੁਤ ਬਿਜ਼ੀ ਹੋ ਗਿਆ ਸੀ, ਆਪਣੇ ਕਾਲਾਂ ਬਹੁਤ ਸਾਰੀਆਂ ਰਹਿ ਗਈਆਂ ਸੀ, ਅਤੇ ਆਪਾਂ ਕਹਾਂਗੇ ਵੀ ਤੁਸੀਂ ਅਖੀਰਲੇ 2-3 ਮਿੰਟ ਸਾਨੂੰ ਦੇ ਦਿਓ ਵੀ ਕਾਲ ਥੋੜ੍ਹਾ ਲੇਟ ਕਰ ਲਿਓ। ਹਾਂਜੀ, ਸਾਡਾ ਵੀ ਮਨ ਦਾ ਮਾਬੜਾ ਨਿਕਲੂਗਾ ਨਾ ਵੀ ਗੱਲ ਅਸੀਂ ਕੀ ਕਹਿਣੀ ਚਾਹੁੰਦੇ ਹਾਂ। ਹਾਂਜੀ ਹਾਂਜੀ, ਔਰ ਅਸੀਂ ਸਾਰੀਆਂ ਭੈਣਾਂ ਨੂੰ ਭਰਾਵਾਂ ਨੂੰ ਕਹਿੰਦੇ ਵੀ ਤੁਸੀਂ ਆਪਣੀ ਕਵਿਤਾ ਕੋਈ ਬੋਲੀਆਂ ਕੋਈ ਘੋੜੀਆਂ ਸੁਹਾਗ ਰੈਡੀ ਕਰ ਲਓ, ਤਾਂ ਤੁਸੀਂ ਵੀ ਲੈ ਕੇ ਆ ਜਾਓ ਅਤੇ ਆਪਾਂ ਇਹਨੂੰ ਸਟਾਰਟ ਕਰਦੇ ਘੋੜੀ ਤੋਂ। ਹਾਂਜੀ, ਸੋਹਣੀ ਜਿਹੀ ਘੋੜੀ ਰਾਵਲੀ ਨੀ ਗੰਗਾ ਜਮਨਾ ਤਵਾਈ ਵੇ, ਸੋਹਣੀ ਜਿਹੀ ਘੋੜੀ ਰਾਵਲੀ ਵੇ ਗੰਗਾ ਜਮਨਾ ਤਵਾਈ ਵੇ, ਆਈ ਵੇ ਰਾਜੇ ਦਿਆ ਨੌਕਰਾ ਬੇ ਗੰਗਾ ਜਮਨਾ ਤੋਂ ਆਈ ਵੇ, ਆਈ ਵੇ ਰਾਜੇ ਦਿਆ ਨੌਕਰਾ ਬੇ ਗੰਗਾ ਜਮਨਾ ਤੋਂ ਆਈ ਵੇ।
पतली जई ना जो बीर दी कांटिया नाड़स जाई वे, पतली जई ना जो बीर दी बे कांटिया नाड़स जाई वे, सोनी जई कोड़ी रावली बे गंगा जमना तो आई वे, सोनी जई कोड़ी रावली बे गंगा जमना तो आई वे, आई वे राजे दिया ना करा बे गंगा जमना तो आई वे, आई वे राजे दिया ना करा बे गंगा जमना तो आई वे, पतली जई ना जो बीर दी बिहारा नाल सजाई वे, पतली जई ना जो बीर दी बिहारा नाल सजाई वे, सोनी जई कोड़ी रावली बे गंगा जमना तो आई वे, सोनी जई कोड़ी रावली बे गंगा जमना तो आई वे, आई वे राजे दिया ना करा बे गंगा जमना तो आई वे, पतली जई ना जो बीर दी बे टिक्के नाड़स जाई वे, सोनी जई ना जो बीर दी बे टिक्के नाड़स जाई वे। ऐसी मेरी घोड़ी तो तुसी भी अपनी घोड़ियाँ सुहाग जे किसे कोल भी है तो लैके आ जाओ, बोलियाँ लैके आ जाओ, कविता पढ़नी वह लैके आ सकते, साढ़े भरावान भी कविता काफ़ी पढ़ लेंदे आ। तो हाँ जी असी जाते पहला कॉल वाल जी। हैलो जी। हैलो जी रानी जी ते बलवीर जी, तुहानू दोनों नू प्यार भरी सत श्री अकाल। तुहानू भी जी बहुत बहुत प्यार भरी सत श्री अकाल। ते कौन ता कित्थों बोल रहे जी? मैं नछत्तर बोलदी आ लंडन तो। हाँ जी हाँ जी नछत्तर कौर जी स्वागत है तुहाडा बहुत बहुत। की कहना चाहुंदे हो? पहली गल तो यह बहुत सोहने लगते हैं तुसी दोनों, बहुत प्यारा प्रोग्राम हुंदा तुहाडा। थैंक यू। हाँ जी ते मैं जिदा एक गुरु नानक देव जी दे एक पढ़ना चाहुंदी आ जी। लै जाते हुए ना जो पढ़ लो गे तो जायो ना एक गल करनी। अच्छा जी। हाँ जी ठीक है करो। सतगुरु मेरे कलम हाथ तेरे, तू सोने सोने लिख लिख दे। सतगुरु मेरे कलम हाथ तेरे, तू सोने सोने लिख लिख दे। पैरां ते लिख दे गुरु कर जाना, पैरां ते लिख दे सतसंग जाना। गुरु कर जान दी कदे भी ना थका, कदे भी ना यका, तू सोने सोने लिख लिख दे। सतगुरु मेरे कलम हाथ तेरे, तू सोने सोने लिख लिख दे। हाथां ते लिख दे सेवा करनी, हाथां ते लिख दे सेवा करनी। सेवा कर दी कदे भी ना थका, कदे भी ना यका, तू सोने सोने लिख लिख दे। सतगुरु मेरे कलम हाथ तेरे, तू सोने सोने लिख लिख दे। अखां ते लिख दे दर्शन करीने, अखां ते लिख दे दर्शन करीने। दर्शन कर दी कदे भी ना थका, कदे भी ना यका, तू सोने सोने लिख लिख दे।
जी बहुत बढ़िया। बोली पावा एक? हाँ जी पा दियो जी। निकी निकी कणी दा मी बरसेंदा, निकी निकी कणी दा मी बरसेंदा, गोडे गोडे का बे मैं रिदियां सेमी मुछा मना के आ, बे मैं रिदियां सेमी मुछा मना के आ, गोडे गोडे कणी दा मी बरसेंदा, गोडे गोडे कणी दा मी बरसेंदा, गोडे गोडे का जद मैं रिदियां सेमी कमले नु चढ़ गया चा, जद मैं रिदियां सेमी कमले नु चढ़ गया चा, जद मैं रिदियां सेमिया। थैंक यू। हाँ जी, हाँ नछत्र कौर जी। हाँ जी, हाँ सेमिया नु सूटा मार के खाना पैंदा है। खानियां बहुत औखियां है, ता ही उन्होंने कहा भी मुच्छा बना रहा हूँ। अच्छा, और जेड़ी आपा कहावत पाई सी, हाँ जी, भाई दुध तां दित्ता बकरी ने पर दित्ता विंगणा पा के आ, हाँ जी, ए किथे टक दी है हुण ए एदा आ भी जदों आपा किसे नु कोई काम करन नु कहिदा या ना, हाँ जी, ते ओ करना नहीं, करना अपनी मर्जी नाल आ जी, फिर असि कह दईदा भी जदों असि कहिंदे सी उदों तां कीता नहीं, अपनी मर्जी ना कीता, फिर कह दईदा आ भी जिदां बकरी ने दुध तां दित्ता पर दित्ता मिंगणा पा के। हाँ जी जी, असि ना गल कीती सी जब प्रोग्राम शुरू कीता ते पहले ही, हाँ जी, मैं कहा भी एक साल हो गया सी प्रोटेस्ट नू दिल्ली जेड़ा सी, ते एक साल च नुकसान बड़ा होया, जाना दा बड़ा नुकसान होया, हाँ जी, और पैसे दा बड़ा नुकसान होया, और समय दी बहुत बर्बादी हुई है, हाँ जी हाँ जी, और लखां ही लोग उत्थे पहुंचे और लखां दे हिसाब नाल पैसा जेड़ा बर्बाद होया, तंगियां कट्टियां सारियां, और ए रिजल्ट जेड़ा हुण निकलिया वी इह साल बाद मिंगणा पा के दुध दित्ता पहला ही देंदे। हाँ जी ਸਹੀ ਗੱਲ ਆ ਤੁਹਾਡੀ, ਬਹੁਤ ਸੋਹਣੀ ਜੀ, ਤੁਸੀਂ ਸਹੀ ਦੱਸੇ ਕਹਾਵਤ, ਥੈਂਕ ਯੂ ਤੁਹਾਡਾ ਬਹੁਤ ਬਹੁਤ, ਓਕੇ ਦੈਨ ਜੀ, ਓਕੇ, ਥੈਂਕ ਯੂ ਜੀ, ਤੁਸੀਂ ਬੋਲੀਆਂ ਵੀ, ਬਾਏ ਬਾਏ, ਬਹੁਤ ਸੋਹਣੀਆਂ ਤੁਸੀਂ ਬੋਲੀਆਂ ਪਈਆਂ। ਹਾਂਜੀ ਨਛੱਤਰ ਕੌਰ ਸੀ, ਅਤੇ ਇਹਨਾਂ ਨੇ ਗੁਰੂ ਨਾਨਕ ਜੀ ਦਾ ਇੱਕ ਸ਼ਬਦ ਵੀ ਪੜ੍ਹਿਆ, ਬਹੁਤ ਵਧੀਆ ਸੀ, ਪੂਰੇ ਢੁਕਵੇਂ ਸਮੇਂ 'ਤੇ ਸੀਗਾ, ਹਾਂਜੀ ਸਾਰਾ ਕੁਛ ਸਮਾਂ ਵੀ ਸੀਗਾ, ਉੱਧਰੋਂ ਗੁਰੂ ਨਾਨਕ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਗਟ ਸਾਹਿਬ ਸੀਗਾ, ਹਾਂਜੀ, ਉਸੇ ਦਿਨ ਫਿਰ ਲਾਂਘੇ ਦੀ ਤਾਂ ਪੁਰਾਣੀ ਚੱਲਦੀ ਵੈਸੇ ਗੱਲ, ਚਲੋ ਹੁਣ ਵਧੀਆ ਕੀਤਾ ਉਹਨੇ, ਫਿਰ ਵੀ ਉਸ ਟਾਈਮ ਦੇ ਉੱਤੇ ਜਿਹੜੀਆਂ ਸੰਗਤਾਂ ਆ ਉਹ ਦਰਸ਼ਨ ਕਰ ਸਕਦੇ। ਹੈਲੋ ਜੀ, ਹੈਲੋ ਜੀ, ਹੈਲੋ ਜੀ, ਜੈ ਗੁਰਦੇਵ, ਧੰਨ ਗੁਰਦੇਵ ਜੀ, ਧੰਨ ਗੁਰੂਦੇਵ ਜੀ, ਕੌਣ ਤਾਂ ਕਿੱਥੋਂ ਬੋਲ ਰਹੇ ਜੀ? ਮੈਂ ਚਰਨ ਕੌਰ ਬੋਲ ਰਹੀ ਬਰਨਹਾਰ ਤੋਂ, ਧੰਨ ਗੁਰਦੇਵ, ਜੈ ਗੁਰਦੇਵ, ਜੈ ਭੀਮ ਜੀ, ਜੀ ਆਇਆਂ ਨੂੰ ਕਹਿੰਦੇ ਆ ਜੀ, ਆ ਜਿਹੜਾ ਨਾ ਤੁਸੀਂ ਮੁਹਾਵਰਾ ਦੱਸਿਆ ਜੀ, ਮੈਂ ਪਹਿਲੀ ਵਾਰੀ ਸੁਣਿਆ, ਮੈਨੂੰ ਪਤਾ ਹੀ ਨਹੀਂ ਹੈਗਾ। ਅੱਛਾ ਜੀ, ਹੈ ਨਾ, ਮੈਂ ਉਦਾਂ ਹੀ ਕਰ ਤੇ ਕਹਿ ਦਵਾਂ ਇੱਦਾਂ ਹੋ ਸਕਦੀ, ਮੈਨੂੰ ਪਤਾ ਨੀ ਹੈ ਨਾ ਇੰਡੀਆ ਤੋਂ ਸਾਰੀਆਂ। ਧੰਨ ਗੁਰੂ ਨਾਨਕ ਦੇਵ ਜੀ ਦੇ ਬਰਥਡੇ ਸੀ, ਜਨਮ ਦਿਨ ਸੀ, ਬੜਾ ਖੁਸ਼ੀਆਂ ਦੇ ਨਾਲ ਓਹਨੇ ਉੱਥੇ ਜਾ ਕੇ ਮਨਾਇਆ, ਕਿਤੇ ਇੰਨਾ ਚੰਗਾ ਲੱਗਾ ਸੀ, ਤੇ ਠੰਡ ਬਰਸਾਈ ਆ, ਅਸੀਂ ਇਹੀ ਹੱਥ ਜੋੜਦੇ ਆ ਤੇ ਪਰਮਾਤਮਾ ਤੂੰ ਹਮੇਸ਼ਾ ਹੈਗਾ ਆ, ਤੇ ਦਿਨ ਮਨਾਉਂਦੇ ਆ, ਪਰ ਜੋ ਦੁਨੀਆਂ ਇੱਕ ਪਾਸੇ ਨੂੰ ਤੁਰੀ ਹੋਏ ਇਹਨਾਂ ਨੂੰ ਤੁਸੀਂ ਨਾ ਆਪਣਾ ਫੇਰ ਬਲ ਬਖਸ਼ੋ, ਤੇ ਜਿਹੜੇ ਅਸੀਂ ਸਿੱਧੇ ਰਾਸਤੇ ਚ ਪੈ ਸਕਦੇ ਆ ਬੈਰ ਵਿਰੋਧ ਤੋਂ ਨਾ ਨਿਕਲੀਏ, ਤੇ ਦੁਨੀਆਂ ਦੇ ਵਿੱਚ ਅੱਗੇ ਬਰਬਾਦੀਆਂ ਬਹੁਤ ਹੋ ਰਹੀਆਂ ਆ, ਬਹੁਤ ਬਰਬਾਦੀਆਂ ਹੋ ਗਈਆਂ, ਬਹੁਤ ਦੁਨੀਆਂ ਚਲੀ ਗਈ ਹੈ ਨਾ, ਹੁਣ ਜਿੱਦਾਂ ਤੁਸੀਂ ਕਿਹਾ ਵੀ ਦਿੱਲੀ ਦੇ ਵਿੱਚ ਦੇਖ ਲਓ ਉੱਥੇ ਕੀ ਕੁਛ ਆਪਾਂ ਦੇਖਦੇ ਰਹੇ ਆ, ਧੰਨ ਜਿਗਰਾ ਉਹਨਾਂ ਦੇ ਜਿਹੜੇ ਉੱਥੇ ਬੈਠੇ ਸੀ, ਕਿੱਦਾਂ ਕਿੱਦਾਂ ਬੀਤੀਆਂ ਦਿਨਾਂ ਰਾਤ, ਨਾ ਦਿਨ ਦਾ ਪਤਾ ਸੀਗਾ, ਮੀਚੇ ਮੀਂਹ ਨੇਰੀਆਂ, ਬੁਰੇ ਹਾਲ, ਬਹੁਤ ਬੁਰਾ ਹਾਲ, ਤੇ ਹੁਣ ਕਿਹਾ ਤਾਂ ਹੈਗਾ ਪਰ ਹਜੇ ਵੀ ਇਹਨਾਂ ਦਾ ਪਤਾ ਨੀ ਕਿੱਧਰ ਨੂੰ ਤੁਰ ਪੈਂਦੇ, ਹਜੇ ਵੇਟ ਕਰੂਗੇ। ਤੇ ਮੈਂ ਆਪਣੇ ਬਾਬਾ ਜੀ ਦੇ ਜਨਮ ਦਿਨ ਤੇ ਥੋੜੀ ਜਿਹੀ ਕਵਿਤਾ ਪੜ੍ਹਨ ਲੱਗੀ ਆ, ਪੜ੍ਹ ਲਓ ਜੀ। ਹਾਂਜੀ, ਟੀਵੀ ਦੀ ਆਵਾਜ਼ ਘੱਟ ਕਰ ਲਓ ਜਾਂ ਬੰਦ, ਪਹਿਲੇ ਮੇਰੇ ਕੋਲ ਟੀਵੀ ਲੱਗਾ ਹੀ ਨਹੀਂ। ਅੱਛਾ ਜੀ, ਆ ਜਾਓ,
हाँ मेरे को नहीं लग्या है। चलो ठीक है जी। मैं पहले हाथ रखे होंगे ऊपर जी। ठीक है चलो ठीक है सॉरी हो भी सकता है। कोई नहीं कोई नहीं। पहले वंदना मेरी सतगुर नानक देव नू जी। पहले वंदना मेरी सतगुर नानक देव नू जी। कल युग दे विच आए जी अवतार धार के। कल युग दे विच आए जी अवतार धार के। मैं जामा बलियारे दाता जी तेरी करनी तो। मैं जामा बलियारे दाता जी तेरी करनी तो। कोटे राक्ष दे तप दे कराहे ठारे। नीला बना करके जा पहुंचे बिच मक्के दे। नीला बना करके जा पहुंचे बिच मक्के दे। पहले बंदना मेरी सतगुर नानक देव ना। कल युग दे बिच आए जी अवतार तार के। राती सो गया सी राती सो गया सी मक्के दे विच पैर पसार के। राती जा सुत्ता जी करके पैर मक्की दे। जीवन का जी जद आया जीवन का जी जद आया लतो वरक सारिया सी। मक्का फिरिया चार फेरे मक्का फिरिया चार फेरे देखन सारे खड़े जी। पहले बंदना मेरी सतगुर नानक देव ना। पहले बंदना मेरी सतगुर नानक देव ना। कल युग दे विच आए जी अवतार तार के। गल विच पल्ला पाके गल विच पल्ला पाके अर्जा कर दे सारे जी। गल विच पल्ला पाके अर्जा कर दे सारे जी। दाता जी बख्शो दाता जी बख्शो तुसी हो बख्शन हारे। दाता जी बख्शो तुसी बख्शन हारे। पहले बंदना मेरी सतगुरु नानक देव न। पहले बंदना मेरी सतगुरु नानक देव न। कल युग दे बिच आए जी अवतार तार के। मैं जामा बलिहारे दाता जी तेरी करनी तो। मैं जामा बलिहारे जी दाता जी तेरी करनी तो। जय गुरदेव भैन जी बाजी कुड़ियो सारे मेरे वालों जय गुरदेव धन गुरदेव जय भीन जी। तुम टाइम दिता भुला चला माफ करनी है। बड़े अच्छे लगते जो बड़े चंद चढ़ जाते मेरे तो घर करती होंगी ओनी आना ऐदा होना है ना। कई वे चांस हो जाता कई वे डिफरेंट हो जाता बंदा ना। आप कभी मिस नहीं करते प्रोग्राम बस ऐसा धन धन थोड़े है जिन्हें ऐदा दे चकन चुके किथे ते पढ़ाया है ना। ये थोड़िया करनिया बहुत कुर्बानियां करते भी बहुत मेहनत की पहुंचे मगर लाके सुन दे कर लिया ना। चलो मैं जय गुरदेव धन गुरदेव फिर कहती है खुश रहो जी आवाज रहो जी ओके बाई। ठीक है जी। ठीक है जी असं चरणजीत कौर तुम भी भैन जी अपना ख्याल रख्या करो ठीक ठाक रहो तो सेहत थोड़ी ठीक नहीं रही ख्याल रख्या करो तो असं भी परमात्मा अगे ही अरदास करते भी परमात्मा तुहानू तंदुरुस्ती दे है ना। बाकी बहुत सोहना शब्द पढ़ के गए हाँ बहुत प्यारा सी। हाँ जी बहुत प्यारा सी पढ़िया भी बहुत सोहना रूह सी ना। जब रूह तो तुसी करदे आ तां ओह अपने आप ही बोल सोहने हो जांदे जी। आपां जांदे कॉल वल। हैलो जी। हैलो जी मैं मोहम्मद बोल रहा हां। डॉक्टर मोहम्मद इजाज साहब ਤੁਹਾਡਾ ਮੈਂ ਪ੍ਰੋਗਰਾਮ ਦੇਖ ਰਿਹਾ ਸਾਂ। ਬੜੇ ਅੱਜ ਕੱਲ ਸਾਰੀ ਦੁਨੀਆਂ ਚ ਗੁਰੂ ਨਾਨਕ ਜੀ ਦੀ ਜਯੰਤੀ ਮਨਾਈ ਜਾ ਰਹੀ ਹੈ ਤੇ ਮੈਂ ਸੁਣਿਆ ਕਿ ਕੋਈ ਸਿੱਖ ਯਾਤਰੀ ਪਾਕਿਸਤਾਨ ਗਏ ਨੇ ਕਰਤਾਰਪੁਰ ਰਾਹਦਾਰੀ ਖੁੱਲਾ ਨਾ ਤੇ ਉੱਥੇ ਗਏ ਨੇ ਪਾਕਿਸਤਾਨ ਵੀ ਸਾਰਿਆਂ ਨੂੰ ਮਤਲਬ ਮੁਬਾਰਕ ਹੋਵੇ ਬਹੁਤ ਬਹੁਤ
ਬਿਲਕੁਲ ਹਾਂਜੀ ਆਪ ਜੀ ਨੂੰ ਵੀ ਮੈਂ ਵੀ ਸੁਣਿਆ ਕਿ ਗੁਰੂ ਨਾਨਕ ਕਾਬਾ ਖਾਨਾ ਕਾਬਾ ਵੀ ਗਏ ਨੇ ਤੇ ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਹੈ ਕਿ ਖਾਨਾ ਕਾਬਾ ਵੱਲ ਮੂੰਹ ਕਰਕੇ ਅਸੀਂ ਨਮਾਜ਼ ਪੜ੍ਹਨੇ ਆ ਮੁਸਲਮਾਨ ਲੋਕ ਜੀ ਬੜੀ ਅੱਛੀ ਗੱਲ ਹੈ ਕਿ ਇੱਕ ਆਪਸ ਵਿੱਚ ਰਿਲੀਜੀਅਸ ਹਾਰਮਨੀ ਹੋ ਰਹੀ ਹੈ ਡਾਕਟਰ ਸਾਹਿਬ ਖਾਨਾ ਕਾਬਾ ਸਾਊਦੀ ਅਰਬ ਨੂੰ ਕਹਿੰਦੇ ਤੁਸੀਂ ਜੀ ਮੱਕੇ ਨੂੰ ਕਹਿੰਦੇ ਖਾਨਾ ਕਾਬਾ ਨਹੀਂ ਮੱਕਾ ਸ਼ਰੀਫ ਮੱਕਾ ਜਿਹੜਾ ਨਾ ਇੱਕ ਸ਼ਹਿਰ ਹੈ ਹਾਂਜੀ ਉਹਦੇ ਵਿੱਚ ਖਾਨਾ ਕਾਬਾ ਹੈ ਇੱਕ ਮਕਾਮ ਹੈ ਉਹਦੇ ਵੱਲ ਮੂੰਹ ਕਰਕੇ ਤੇ ਸਾਰੇ ਨਮਾਜ਼ ਪੜ੍ਹਨੇ ਆ ਤੇ ਉਹਦੇ ਵੱਲ ਉਮਰਾ ਜਿਸਲੇ ਕਰਨ ਜਾਂਦੇ ਨੇ ਤੇ ਸੱਤ ਚੱਕਰ ਉਹਦੇ ਲਾਉਂਦੇ ਨੇ ਹਾਂਜੀ ਹਾਂਜੀ ਤੇ ਉਹ ਮੱਕਾ ਜਿਹੜਾ ਹੈ ਸ਼ਹਿਰ ਜਿਸ ਤਰ੍ਹਾਂ ਮਦੀਨਾ ਇੱਕ ਸ਼ਹਿਰ ਹੈ ਮਦੀਨਾ ਦਾ ਮਤਲਬ ਹੈ ਸ਼ਹਿਰ ਮੱਕਾ ਮਦੀਨਾ ਜਦੋਂ ਕਹਿੰਦੇ ਹਾਂ ਅਸੀਂ ਮੱਕਾ ਸ਼ਹਿਰ ਮਦੀਨਾ ਮੁਨੱਵਰਾ ਜਿਸਲੇ ਕਹਿੰਦੇ ਹਾਂ ਨਾ ਠੀਕ ਹੈ ਉਹਦਾ ਮਤਲਬ ਹੈ ਜਿੱਥੇ ਸਾਡੇ ਪ੍ਰੋਫਿਟ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦਾ ਰੋਜ਼ਾ ਸ਼ਰੀਫ ਜੀ ਜੀ ਮੁਹੰਮਦ ਡਾਕਟਰ ਸਾਹਿਬ ਗਏ ਵੀ ਤੁਸੀਂ ਕਦੀ ਆ ਮੈਂ ਗਿਆ ਯਾਰ ਮੈਂ ਮੱਕਾ ਸ਼ਰੀਫ ਗਿਆ ਦਾ ਠੀਕ ਹੈ ਜੀ ਫਿਰ ਪਤਾ ਤੁਹਾਨੂੰ ਸਾਰੀ ਗੱਲਬਾਤ ਦਾ ਤੇ ਦੂਸਰੀ ਹੈ ਤੁਸੀਂ ਜਿਹੜੀ ਕਹਾਵਤ ਸੁਣੀ ਹੈ ਹਾਂਜੀ ਹੈਲੋ ਹਾਂਜੀ ਹਾਂਜੀ ਉਹ ਮੈਂ ਵੀ ਪਹਿਲੀ ਵਾਰ ਸੁਣ ਰਿਹਾ ਕਿ ਦੁੱਧ ਪਾਣਾ ਤੇ ਬੱਕਰੀ ਕੀ ਕਹਿੰਦੇ ਸਰ ਹਾਂਜੀ ਹਾਂਜੀ ਆ ਤੁਹਾਨੂੰ ਘੱਟੀ ਪਤਾ ਲੱਗਣਾ ਜੀ ਮੈਂ ਪਹਿਲੀ ਵਾਰ ਸੁਣੀ ਹੈ ਅੱਛਾ ਦੱਸ ਦਿੰਦੇ ਆ ਵੀ ਬੱਕਰੀ ਨੇ ਕਹਿੰਦੇ ਦੁੱਧ ਦਿੱਤਾ ਪਰ ਦਿੱਤਾ ਵਿੰਗਣਾ ਪਾ ਕੇ ਇਹਦਾ ਮਤਲਬ ਹੁੰਦਾ ਕਿਸੇ ਦੇ ਨਾਲ ਨੇਕੀ ਕਰਨਾ ਤੇ ਨਾਲ ਕੋਈ ਸ਼ਰਤ ਰੱਖ ਦੇਣਾ ਜਿਸ ਤਰ੍ਹਾਂ ਅੱਟੇ ਵੱਟੇ ਦੀਆਂ ਸ਼ਾਦੀਆਂ ਨਹੀਂ ਹੁੰਦੀਆਂ ਕਿ ਉਹ ਕਹਿੰਦਾ ਮੈਂ ਤੇਰੀ ਭੈਣ ਨਾਲ ਉਸ ਸ਼ਰਤ ਤੇ ਵਿਆਹ ਕਰਾਂਗਾ ਤੂੰ ਮੇਰੀ ਭੈਣ ਆਪਣੇ ਭਰਾ ਦੀ ਮੇਰੀ ਭੈਣ ਨਾਲ ਸ਼ਾਦੀ ਕਰੇ ਜਿਹੜਾ ਅੱਟਾ ਸੱਟਾ ਨਹੀਂ ਹੁੰਦਾ ਇਸ ਤਰ੍ਹਾਂ ਹਾਂਜੀ ਹਾਂਜੀ ਥੋੜੀ ਜਿਹੀ ਗੱਲ ਹੋ ਰਿਹਾ ਉਹ ਠੀਕ ਹੈ ਜੀ ਡਾਕਟਰ ਸਾਹਿਬ ਹੋਰ ਗੱਲ ਆ ਮੈਂ ਤੇ ਹੀ ਆਂਦਾ ਪਤਾ ਨਹੀਂ ਮੈਂ ਗਲਤ ਵੀ ਹੋ ਸਕਣਾ ਠੀਕ ਹੈ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਜੀ ਤੁਹਾਡਾ ਥੈਂਕ ਯੂ ਤੁਸੀਂ ਆ ਕੇ ਹਿੱਸਾ ਲੈਂਦੇ ਬਹੁਤ ਵਧੀਆ ਹੈ ਜਦੋਂ ਵੀ ਆਉਂਦੇ ਅਸੀਂ ਤਾਂ ਪ੍ਰੋਗਰਾਮ ਦੇ ਵਿੱਚ ਤੁਸੀਂ ਹਿੱਸਾ ਲੈਂਦੇ ਸਾਰਿਆਂ ਦੇ ਨਾਲ ਤੇ ਬਹੁਤ ਵਧੀਆ ਲੱਗਦਾ ਜਦੋਂ ਇੱਕ ਗੁਰੂ ਨਾਨਕ ਸਾਹਿਬ ਦੀ ਇੱਕ ਗੱਲਬਾਤ ਹੈਗੀ ਆ ਕਿਉਂਕਿ ਬਹੁਤ ਦੇਰ ਹੋ ਗਈ ਸਾਨੂੰ ਅਸੀਂ ਉਦੋਂ ਯੰਗ ਹੁੰਦੇ ਸੀ ਤੇ ਅਸੀਂ ਜਗ੍ਹਾ ਦੇਖੀ ਸੀ ਇੱਕ ਤੇ ਕਿਉਂਕਿ ਉਹਦੀ ਪੂਰੀ ਹਿਸਟਰੀ ਮੇਰੇ ਕੋਲ ਹੈ ਨਹੀਂ ਤਾਂ ਮੈਂ ਸ਼ੇਅਰ ਕਰ ਦਿੰਦਾ ਉਹਦੇ ਲਈ ਧਿਆਨ ਰੱਖਣਾ ਚਾਹੀਦਾ ਸਾਨੂੰ ਪਰ ਰੱਖਿਆ ਨਹੀਂ ਅਸੀਂ ਜੇ ਮਨ ਵਿੱਚ ਹੁੰਦੀ ਜ਼ਰੂਰ ਧਿਆਨ ਰੱਖਦੇ ਇਹ ਤਕਰੀਬਨ 80-81 ਦੀ ਗੱਲ ਹੋ ਸਕਦੀ ਹੈ 1981 ਦੀ 82 ਦੀ ਗੱਲ ਹੋ ਸਕਦੀ ਆ ਉੱਥੇ ਬਹੁਤ ਘੱਟ ਲੋਕ ਗਏ ਹੈਗੇ ਆ ਤੇ ਉਹ ਮੈਂ ਦੇਖੀ ਜਗ੍ਹਾ ਮੈਂ ਕਦੀ ਉਹਦੀ ਗੱਲ ਸ਼ੇਅਰ ਕਰੂੰਗਾ ਜੀ ਠੀਕ ਹੈ ਹੈਲੋ ਜੀ ਹੈਲੋ ਜੀ ਹੈਲੋ ਜੀ ਕੌਣ ਤਾਂ ਕਿੱਥੋਂ ਬੋਲਦਾ ਜੀ ਮੈਂ ਮਦਨ ਬੇਦਲੇਸ਼ਵਰ ਤੋਂ ਹਾਂਜੀ ਆ ਜੀ ਮਦਨ ਵਾਲਾ ਜੀ ਬੋਲਦਾ ਜੀ ਸਵਾਗਤ ਹੈ ਤੁਹਾਡਾ ਜੀ ਕੀ ਕਹਿੰਦਾ ਤੁਹਾਨੂੰ ਗੁਰੂ ਨਾਨਕ ਦੇਵ ਦੀਆਂ ਲੱਖ ਲੱਖ ਵਧਾਈਆਂ ਪੇਸ਼ ਕਰਦਾ ਹਾਂਜੀ ਦੇਖਣ ਵਾਲਿਆਂ ਨੂੰ ਸੁਣਨ ਵਾਲਿਆਂ ਨੂੰ ਵੀ ਸਾਰੇ ਸਮੂਹ ਜਗਤ ਨੂੰ ਵੀ ਜੀ ਆਪ ਜੀ ਨੂੰ ਮੈਂ ਰਾਜ ਸਾਹਿਬ ਹਾਂਜੀ ਠੀਕ ਠਾਕ ਬਿਲਕੁਲ ਮਿਹਰਬਾਨੀ ਆ ਹਾਂਜੀ ਆ ਜਾਓ ਤੁਸੀਂ ਮੈਂ ਸੁਣ ਰਿਹਾ ਜੀ ਤੁਹਾਨੂੰ ਹਾਂ ਦਰਵਾਜ਼ੇ ਖੁੱਲੇ ਹੀ ਆ ਸੁਣ ਰਿਹਾ ਤੁਹਾਨੂੰ ਖੁੱਲੇ ਦਰਵਾਜ਼ੇ ਠੀਕ ਹੈ ਦਰਵਾਜ਼ੇ ਖੁੱਲੇ ਆ ਜੀ ਤੁਹਾਡੇ ਲਈ ਅੱਛਾ ਕਹਿੰਦੇ ਮੈਂ ਚੰਦ ਲਾਈਨਾ ਗੁਰੂ ਨਾਨਕ ਦੇਵ ਜੀ ਬੋਲ ਰਿਹਾ ਹਾਂਜੀ ਧੰਨ ਕਰ ਬਾਬਾ ਨਾਨਕ ਦੇਵ ਜੀ ਆਇਆ ਧੰਨ ਕਰ ਬਾਬਾ ਨਾਨਕ ਦੇਵ ਜੀ ਆਇਆ ਅਸਾਂ ਗੁਰਬਾਣੀ ਪੜ੍ਹ ਪੜ੍ਹ ਜੀਵਨ ਸਫਲ ਬਣਾਇਆ ਅਸਾਂ ਗੁਰਬਾਣੀ ਪੜ੍ਹ ਪੜ੍ਹ ਜੀਵਨ ਸਫਲ ਬਣਾਇਆ ਖੱਤਰੀ ਘਰਾਣੇ ਵਿੱਚ ਜਨਮ ਹੈ ਪਾਇਆ ਛੋਟੀਆਂ ਛੋਟੀਆਂ ਸਾਰੀ ਸਭੀ ਜਾਤੀਆਂ ਨੂੰ ਨਾਲ ਹੈ ਮਿਲਾਇਆ ਜਾਤ ਪਾਤ ਦਾ ਭੇਦ ਭਾਵ ਹੈ ਮਿਟਾਇਆ ਧੰਨ ਕਰ ਬਾਬਾ ਨਾਨਕ ਦੇਵ ਜੀ ਆਇਆ ਅਸਾਂ ਗੁਰਬਾਣੀ ਪੜ੍ਹ ਪੜ੍ਹ ਜੀਵਨ ਸਫਲ ਬਣਾਇਆ ਬਾਬਾ ਜੀ ਦੀ ਲੀਲਾ ਅਪਰੰਪਾਰ ਥੈਂਕ ਯੂ ਬਾਬਾ ਜੀ ਦੀ ਲੀਲਾ ਅਪਰੰਪਾਰ ਬਾਲੇ ਤੇ ਮਰਦਾਨੇ ਦਾ ਵੀ ਕੀਤਾ ਬੇੜਾ ਪਾਰ ਬਾਲੇ ਤੇ ਮਰਦਾਨੇ ਦਾ ਵੀ ਕੀਤਾ ਬੇੜਾ ਪਾਰ ਮੱਕਾ ਮਦੀਨਾ ਐਸਾ ਦਿਖਾਇਆ ਧੰਨ ਗੁਰ ਬਾਬਾ ਨਾਨਕ ਦੇਵ ਜੀ ਆਇਆ ਧੰਨ ਗੁਰ ਬਾਬਾ ਨਾਨਕ ਦੇਵ ਜੀ ਆਇਆ ਅਸਾਂ ਗੁਰਬਾਣੀ ਪੜ੍ਹ ਪੜ੍ਹ ਜੀਵਨ ਸਫਲ ਬਣਾਇਆ ਬਾਬਾ ਜੀ ਨੇ ਕੀਤੇ ਵੱਡੇ ਵੱਡੇ ਕਾਰੇ ਬਾਬਾ ਜੀ ਨੇ ਕੀਤੇ ਵੱਡੇ ਵੱਡੇ ਕਾਰੇ ਦੁਨੀਆਂ ਦੇ ਡੁੱਬਦੇ ਬੇੜੇ ਤਾਰੇ ਦੁਨੀਆਂ ਦੇ ਡੁੱਬਦੇ ਬੇੜੇ ਤਾਰੇ ਤੇਰਾਂ ਤੇਰਾਂ ਦਾ ਸਬਕ ਹੈ ਪੜਾਇਆ ਧੰਨ ਗੁਰ ਬਾਬਾ ਨਾਨਕ ਦੇਵ ਜੀ ਆਇਆ ਧੰਨ ਗੁਰ ਬਾਬਾ ਨਾਨਕ ਦੇਵ ਜੀ ਆਇਆ ਅਸਾਂ ਗੁਰਬਾਣੀ ਪੜ੍ਹ ਪੜ੍ਹ ਜੀਵਨ ਸਫਲ ਬਣਾਇਆ ਜੱਗ ਵਿੱਚ ਆ ਕੇ ਐਸਾ ਨਾਮ ਚਮਕਾਇਆ ਥੈਂਕ ਯੂ ਜੱਗ ਵਿੱਚ ਆ ਕੇ ਐਸਾ ਨਾਮ ਚਮਕਾਇਆ ਮਾਈ ਭਾਗੋ ਦੇ ਲਾਲੋ ਦੇ ਭੋਜਨ ਵਿੱਚ ਫਰਕ ਦਿਖਾਇਆ ਮਾਈ ਭਾਗੋ ਤੇ ਲਾਲੋ ਦੇ ਭੋਜਨ ਵਿੱਚ ਫਰਕ ਦਿਖਾਇਆ ਧੰਨ ਗੁਰ ਮਦਨਾ ਬਾਬਾ ਨਾਨਕ ਜੀ ਆਇਆ ਅਸਾਂ ਗੁਰਬਾਣੀ ਪੜ੍ਹ ਪੜ੍ਹ ਜੀਵਨ ਸਫਲ ਬਣਾਇਆ ਜੀ ਹੋਰ ਦੱਸੋ ਜੀ ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ
बहुत वधिया बहुत वधिया थैंक यू थोड़ा भी बहुत बहुत मोहन बेज साहब बहुत वधिया हां जी कविता पढ़ के गए शब्द पढ़ के गए हां जी ते बहुत वधिया सीगा हां जी ते एदा ही देखो जदों कोई भी प्रोग्राम हुंदा एदा दा जदा अपने गुरुआं दा कोई भी दिन हुंदा ते सारेयां नूं पता लगदा अपना हुण टीवी हैगा करके हर एक नूं पता लगदा जद नहीं हुंदा ते कई बारी किसे नूं पता लगदा गल दा किसे नूं नहीं पता लगदा करके हुण तां एदा दा मौका आया सीगा आह बीमारी एदा दी आ गई सी सारे घरां दे विच बड़े होए सी किते दीआं गल्लां दा घट्टे पता लगदा ਬਿਲਕੁਲ ਇਦਾਂ ਦੇ ਮੀਡੀਆ ਤੋਂ ਸਾਰਾ ਕੁਝ ਪਤਾ ਲੱਗਦਾ ਮੀਡੀਆ ਤੋਂ ਪਤਾ ਲੱਗਦਾ ਹਾਂਜੀ ਆਪਾਂ ਕਾਲ ਵੱਲ ਚੱਲਦੇ ਹਾਂ ਹੈਲੋ ਜੀ ਹੈਲੋ ਜੀ ਹੈਲੋ ਜੀ ਕੌਣ ਤਾਂ ਕਿੱਥੋਂ ਬੋਲ ਰਹੇ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਜਸਵਿੰਦਰ ਕੌਰ ਬੋਲਦੀ ਹਾਂ ਹਾਂਜੀ ਮੈਂ ਜਸਵਿੰਦਰ ਕੌਰ ਬੋਲਦੀ ਗ੍ਰੇਟ ਬਾਤ ਸਰਿੰਦਰ ਕੌਰ ਜੀ ਗ੍ਰੇਟ ਬਾਤ ਹਾਂਜੀ ਹਾਂਜੀ ਸਵਾਗਤ ਹੈ ਭੈਣ ਜੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਭੈਣ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਜੀ ਮੈਂ ਪਹਿਲਾਂ ਤਾਂ ਬਾਬਾ ਨਾਨਕ ਜੀ ਦੇ ਜਨਮ ਦਿਨ ਦੀਆਂ ਤੁਹਾਨੂੰ ਭੈਣ ਭਰਾ ਦੋਨਾਂ ਨੂੰ ਵਧਾਈਆਂ ਦੇਣਾ ਚਾਹੁੰਦੀ ਹਾਂ ਬਹੁਤ ਆਪ ਜੀ ਨੂੰ ਵੀ ਜੀ ਹਾਂਜੀ ਉਹ ਤਾਂ ਸਾਰੇ ਦੁਨੀਆ ਤਾਰ ਗਏ ਹਾਂਜੀ ਤੁਰ ਕੇ ਨਾਲੇ ਤੁਰ ਕੇ ਜੀ ਜੀ ਪੈਦਲ ਤੁਰ ਕੇ ਹਾਂਜੀ ਹੁਣ ਤਾਂ ਆਪਾਂ ਇੰਨੀ ਕੁ ਦੂਰ ਜਾਣਾ ਹੁੰਦਾ ਤਾਂ ਕਾਰਾਂ 'ਚ ਜਾਂਦੇ ਕਦੇ ਬੱਸਾਂ 'ਚ ਜਾਂਦੇ ਹਾਂ ਨਾ ਹਾਂਜੀ ਹੁਣ ਤਾਂ ਕੋਈ ਤੁਰਦਾ ਹੀ ਨਹੀਂ ਉਦੋਂ ਕੋਈ ਢੰਗ ਤਰੀਕਾ ਹੈ ਨਹੀਂ ਸੀਗਾ ਜੀ ਹੋਰ ਜਿਹੜਾ ਸੀਗਾ ਉਹਨਾਂ ਕੋਲ ਨਹੀਂ ਵਰਤਦੇ ਸੀ ਉਹ ਹਾਂਜੀ ਤਾਂ ਫਿਰ ਵੀ ਸਾਰੀ ਦੁਨੀਆ 'ਚ ਤਾਰ ਸਾਰੀ ਇਹ ਕਿੰਨਾ ਚੰਗਾ ਉਹਨੇ ਮੈਸੇਜ ਛੱਡਿਆ ਕਿੰਨੇ ਚੰਗੀਆਂ ਉਹਨਾਂ ਨੇ ਸਿੱਖਿਆਵਾਂ ਛੱਡੀਆਂ ਉਸ ਜ਼ਮਾਨੇ 'ਚ ਅੱਜ ਤੋਂ ਕਿੰਨੇ ਸਾਲ 552 ਸਾਲ ਪਹਿਲਾਂ ਹਨਾ ਬਿਲਕੁਲ ਉਦੋਂ ਦੇਣ ਨਹੀਂ ਆਪਾਂ ਦੇ ਸਕਦੇ ਤੇ ਫਿਰ ਮੈਂ ਉਹਨਾਂ ਦੇ ਨਾਂ ਤੇ ਇੱਕ ਮੈਂ ਆਪ ਕਵਿਤਾ ਲਿਖੀ ਹੋਈ ਆ ਜੀ ਭੈਣ ਜੀ ਜਿਹੜੇ ਉਸ ਵੇਲੇ ਦੇ ਇਦਾਂ ਦੇ ਮਹਾਨ ਪੁਰਸ਼ ਸੀਗੇ ਨਾ ਉਹ ਸਾਰੇ ਤੁਰ ਕੇ ਹੀ ਜਾਂਦੇ ਸੀ ਜਿੱਥੇ ਵੀ ਜਾਂਦੇ ਹਾਂਜੀ ਤੇ ਉਹਦੇ ਤੁਰਦੇ ਸੀ ਤੇ ਆਪਣੇ ਬਾਬੇ ਸੀਗੇ ਗੁਰੂ ਰਵਿਦਾਸ ਜੀ ਹੋਏ ਗੁਰੂ ਨਾਨਕ ਦੇਵ ਜਾਂ ਹੋਰ ਗੁਰੂ ਵੀ ਜਿਹੜੇ ਹੋ ਜਾਂ ਹੋਰ ਇਰਾਨ ਇਰਾਕ ਦੇ ਜਿਹੜੇ ਮਹਾਂਪੁਰਸ਼ ਹੋਏ ਆ ਉਹ ਵੀ ਸਾਰੇ ਮੁਲਕਾਂ ਵਿੱਚ ਇੱਦਾਂ ਹੀ ਘੁੰਮਦੇ ਸੀ ਕੋਈ ਹੋਰ ਤਰੀਕਾ ਹੀ ਨਹੀਂ ਸੀ ਤਾਂ ਰੱਬ ਦਾ ਰੂਪ ਸੀ ਜਿੱਥੇ ਮਰਜ਼ੀ ਪ੍ਰਗਟ ਹੋ ਸੁਨੇਹਾ ਦਿੰਦੇ ਸੀ ਲੋਕਾਂ ਨੂੰ ਹਾਂਜੀ ਹਾਂਜੀ ਲੈ ਆਓ ਜੀ ਕਵਿਤਾ ਤੁਸੀਂ ਹਾਂਜੀ ਪੱਤੇ ਪੱਤੇ ਵਿੱਚ ਬਾਬਾ ਨੂਰ ਤੇਰਾ ਵੇਖਿਆ ਕਣ ਕਣ ਬਾਣੀ ਦਾ ਸਰੂਰ ਤੇਰਾ ਵੇਖਿਆ ਪੱਤੇ ਪੱਤੇ ਵਿੱਚ ਬਾਬਾ ਨੂਰ ਤੇਰਾ ਵੇਖਿਆ ਕਣ ਕਣ ਬਾਣੀ ਦਾ ਸਰੂਰ ਤੇਰਾ ਵੇਖਿਆ ਜਿੱਥੇ ਭੈਣ ਵੀਰ ਰਲ ਹੱਸ ਹੱਸ ਖੇਡਦੇ ਸੀ ਜਿੱਥੇ ਭੈਣ ਵੀਰ ਰਲ ਹੱਸ ਹੱਸ ਖੇਡਦੇ ਸੀ ਉੱਥੇ ਬੇਬੇ ਨਾਨਕੀ ਤੇ ਪਿਆਰ ਤੇਰਾ ਵੇਖਿਆ ਉੱਥੇ ਬੇਬੇ ਨਾਨਕੀ ਤੇ ਪਿਆਰ ਤੇਰਾ ਵੇਖਿਆ ਪੱਤੇ ਪੱਤੇ ਵਿੱਚ ਬਾਬਾ ਨੂਰ ਤੇਰਾ ਵੇਖਿਆ ਕਣ ਕਣ ਬਾਣੀ ਦਾ ਸਰੂਰ ਤੇਰਾ ਵੇਖਿਆ ਜਿੱਥੇ ਹੱਥ ਖਾਦਾ ਪਾਈ ਲਾਲੋ ਦਾ ਸੀ ਮਾਲਕਾਂ ਨੇ ਜਿੱਥੇ ਹੱਕ ਖਾਦਾ ਪਾਈ ਲਾਲੋ ਦਾ ਸੀ ਮਾਲਕਾਂ ਨੇ ਉੱਥੇ ਇਨਸਾਫ ਬਾਬਾ ਤੇਰਾ ਅਸੀਂ ਵੇਖਿਆ ਉੱਥੇ ਇਨਸਾਫ ਬਾਬਾ ਤੇਰਾ ਅਸੀਂ ਵੇਖਿਆ ਪੱਤੇ ਪੱਤੇ ਵਿੱਚ ਬਾਬਾ ਨੂਰ ਤੇਰਾ ਵੇਖਿਆ ਕਣ ਕਣ ਬਾਣੀ ਦਾ ਸਰੂਰ ਤੇਰਾ ਵੇਖਿਆ ਬਾਣੀ ਤੇਰੀ ਪੜੀ ਜਦੋਂ ਤੇਰਿਆਂ ਹੀ ਭਗਤਾਂ ਨੇ ਬਾਣੀ ਜਦੋਂ ਪੜੀ ਤੇਰੀ ਤੇਰਿਆਂ ਹੀ ਭਗਤਾਂ ਨੇ ਮੁਖੜੇ ਚੁੰਡੁਲ ਦਾਸੀ ਨੂਰ ਅਸੀਂ ਵੇਖਿਆ ਮੁਖ ਵਿੱਚੋਂ ਡੁੱਲ ਦਾਸੀ ਨੂਰ ਅਸੀਂ ਵੇਖਿਆ ਜੱਸੀ ਬਾਣੀ ਮਨ ਬਾਣੀ ਨੂੰ ਵਸਾ ਜਾ ਬਾਬਾ ਨਾਨਕਾ ਜੀ ਜੱਸੀ ਮਨ ਬਾਣੀ ਨੂੰ ਵਸਾ ਜਾ ਬਾਬਾ ਨਾਨਕਾ ਜੀ ਮਿੱਠੀ ਧੁਨ ਤੂਰ ਬਾਬ ਦੀ ਸੁਣਾ ਜਾ ਬਾਬਾ ਨਾਨਕਾ ਜੀ ਮਿੱਠੀ ਧੁਨ ਤੂਰ ਬਾਬ ਦੀ ਸੁਣਾ ਜਾ ਬਾਬਾ ਨਾਨਕਾ ਜੀ ਬਾਕੀ ਸੰਸਾਰ ਤੇਰਾ ਝੂਠ ਸਭ ਦੇਖਿਆ ਬਾਕੀ ਸੰਸਾਰ ਤੇਰਾ ਝੂਠ ਤਾਂ ਸਭ ਦੇਖਿਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਵੀਰ ਜੀ ਆਪ ਜੀ ਨੂੰ ਤੇ ਬਾਕੀ ਹੋਰ ਜੋ ਤੁਸੀਂ ਹੈ ਨਾ ਅਖੌਤ ਪਾਈ ਆ ਹਾਂਜੀ ਉਹ ਆਪਣੇ ਕਿਸਾਨਾਂ ਤੇ ਫਿਕਸ ਹੁੰਦੀ ਆ ਬੈਠਿਆ ਨੂੰ ਹੁਣ ਬੋਲਿਆ ਮੋਦੀ ਤੇ ਹਲੇ ਵੀ ਰਿਟਰਨ ਚ ਨੀ ਕਿਹਾ
चलो फिर भी रब का शुक्र करते बोलिया तो है ना इन्ने चिरा बाद साढ़े भैन भरा ही उठे बैठे है ठंडिया चापा इतने आराम करते हैं अपने घर चापन ठंड लगती झट हीटर ऑन करते हैं दो दिन नहीं बाहर रहे होंगे जी अभी दो दिन नहीं बाहर रहा हूं मुंडे भी इना फिक्र है हीटर लाने लगा है मेरे को बैठा मेरे मीह पानी नेरिया झखड़ गर्मी सर्दी सारा कुछ वो बैठे साढ़े भैन असि उठे बैठे होना जी उठे होंगे तो आप उठे गए हाँ जी हाँ जी थैंक यू वीर जी टाइम देने वास्ते थैंक यू प्रोग्राम च हिस्सा लैन का बहुत सोहनी जिदा पढ़ के गए जिदा कविता लिखी है उन्होंने आप ही हाँ जी तो आप ही लिखा तो आप ही पढ़िया बहुत वधिया पढ़िया उन्होंने लिखिया भी बहुत सोहना सी बिल्कुल तो इदा करके जो तुम कोई भी देंदे सौ अपने दिमाग उदा दल चल पाया फिर लिखण वाले जोड़े लिखारी होंगे वो फिर मलो मल उन्हें दिमाग चल दिया तो हम आप जाते कॉल वाल हैलो जी हाँ जी जय गुरुदेव जी मैं सत श्रीकाल जी मैं कमला बोल दी हाँ भाजी नु भी तुहानु दोनों नु जय गुरुदेव ते सत श्रीकाल गुरुदेव जी स्वागत है कमला जी तुहाडा बहुत बहुत हाँ जी थैंक यू जी ताडा ते बाकी इदा अज दा ताडा जेड़ा हैगा ना मुहावरा हाँ जी ओ हैगा आ कहंदे भी जे कहंदे भी जे दुध दित्ता दा नींगणा पा के है ना ते ओ इदा आ भी जे किसे दा कम तुसी कर दवो तो फिर यह नहीं जो किया भी आ किसी का काम तो तुम है ना ओनू परेशान करके रिचा पढ़ के ओदा काम किया है ना जी जी है ना टाइम सिर नहीं किया सुना भी देना मैं राह कम बनाया जा अड़ीचा पढ़ के देना कम है ना जी जी हां जी ते बाकी गुरु नानक देव जी जन्म दिन दिया बहुत बहुत बधाईया जी आप जी नु भी जी ते हां जी सारे शब्द भी सुना के गए हां ता फिर मैं भी एक शब्द सुना दूं अज ਤੁਹਾਡੀ ਮਰਜ਼ੀ ਹੈ ਜੀ ਜਾਂ ਤੁਸੀਂ ਸ਼ਬਦ ਸੁਣਾ ਦਿਓ ਜਾਂ ਤੁਸੀਂ ਘੋੜੀ ਸੁਣਾ ਦਿਓ ਕੋਈ ਵੀ ਕੁਛ ਸੁਣਾ ਦਿਓ ਦੋਰਾ ਤੁਹਾਡੇ ਹੱਥ ਹੈ ਜੀ ਜਿੱਦਾਂ ਤੁਹਾਨੂੰ ਚੰਗਾ ਲੱਗਦਾ ਕਰਦੇ ਹਾਂਜੀ ਕਹਿੰਦੇ ਚਲੋ ਮੈਂ ਅੱਜ ਸ਼ਬਦ ਸੁਣਾ ਦਿੰਦੀ ਹਾਂ ਨਾ ਕੋਈ ਨਹੀਂ ਨੈਕਸਟ ਵੀਕ ਸੁਣਾਉਂਗੀ ਹੈ ਨਾ ਫਿਰ ਹੈ ਠੀਕ ਹੈ ਜੀ ਤੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਤੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਪਾਂਦੇ ਕੋਲ ਪੜ੍ਹਨੇ ਪਾਇਆ ਪਾਂਦੇ ਨੂੰ ਆਪ ਪੜਾਇਆ ਪਾਂਦੇ ਕੋਲ ਪੜ੍ਹਨੇ ਪਾਇਆ ਪਾਂਦੇ ਨੂੰ ਆਪ ਪੜਾਇਆ ਫੱਟੀ ਤੇ ਲਿਖਿਆ ਸਤ ਕਰਤਾਰ ਇੱਕ ਮਸਤਾਨਾ ਜੋਗੀ ਤੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਮੱਝੀਆਂ ਕੋਲੋਂ ਖੇਤ ਚਰਾਇਆ ਸੁੱਕੇ ਨੂੰ ਹਰਾ ਬਣਾਇਆ ਚਰਨੀ ਟੈ ਪਿਆਰਾਏ ਬੁਲਾਰ ਇੱਕ ਮਸਤਾਨਾ ਜੋਗੀ ਤੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਪੱਥਰ ਵਿੱਚ ਪੰਜਾ ਲਾਇਆ ਪਾਣੀ ਦਾ ਮਾਣ ਵਧਾਇਆ ਚਰਨੀ ਟੈ ਪਿਆ ਬਲੀ ਕੰਧਾਰ ਇੱਕ ਮਸਤਾਨਾ ਜੋਗੀ ਤੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਬਾਬਰ ਦੇ ਜੇਲ ਖਾਨੇ ਪੀਸਰ ਨੂੰ ਮਿਲਦੇ ਦਾਨੇ ਬਾਬਰ ਦੇ ਜੇਲ ਖਾਨੇ ਪੀਸਰ ਨੂੰ ਮਿਲਦੇ ਦਾਨੇ ਤੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਨਾਨਕੀ ਉਡੀਕਾਂ ਕਰਦੀ ਰਾੜ ਰਾੜ ਫੁਲਕੇ ਤਰਦੀ ਨਾਨਕੀ ਉਡੀਕਾਂ ਕਰਦੀ ਰਾੜ ਰਾੜ ਫੁਲਕੇ ਤਰਦੀ ਆ ਕੇ ਖਾਵੋ ਸਤ ਕਰਤਾਰ ਇੱਕ ਮਸਤਾਨਾ ਜੋਗੀ ਤੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਥੈਂਕ ਯੂ ਬਹੁਤ ਸੋਹਣਾ ਬਹੁਤ ਵਧੀਆ ਗਾਇਆ ਜੀ ਓਕੇ ਜੀ ਕੋਈ ਨਹੀਂ ਨੈਕਸਟ ਵੀਕ ਨੂੰ ਆਪਾਂ ਸੁਣਾਵਾਂਗੇ ਫਿਰ ਗੀਤ ਘੋੜੀਆਂ ਜੋ ਵੀ ਬੋਲੀਆਂ ਠੀਕ ਹੈ ਜੀ ਲੈ ਹੁਣ ਹੈ ਨਾ ਰੈਡੀ ਰਿਓ ਬਹੁਤ ਪਿਆਰਾ ਠੀਕ ਹੈ ਜੀ ਅੱਜ ਮੈਂ ਜ਼ਰੂਰ ਆਉਂਗੀ ਤੇ ਬਾਕੀ ਇਦਾਂ ਹੁਣ ਤਾਂ ਫਿਰ ਜ਼ਿਆਦਾ ਲੰਬਾ ਟਾਈਮ ਹੋ ਜਾਣਾ ਹਾਂਜੀ ਹਾਂਜੀ ਤੇ ਓਕੇ ਜੀ ਹੈ ਨਾ ਥੈਂਕ ਯੂ ਜੀ ਕਮਲਾ ਜੀ ਤੁਹਾਡਾ ਥੈਂਕ ਯੂ ਬਹੁਤ ਪਿਆਰਾ ਕਿਸੇ ਨੇ ਲਿਖਿਆ ਹੈ ਹਾਂਜੀ ਹਾਂਜੀ ਬਹੁਤ ਵਧੀਆ ਸੀਗਾ ਜੀ ਤੇ ਧੰਨਵਾਦ ਤੁਹਾਡਾ ਅਸੀਂ ਕਰਦੇ ਤੇ ਬਹੁਤ ਸੋਹਣਾ ਲਿਖਿਆ ਤੇ ਬਹੁਤ ਸੋਹਣਾ ਗਾਇਆ ਤੁਸੀਂ ਜੀ ਤੇ
ਫਿਰ ਮੌਕੇ ਦੇ ਹਿਸਾਬ ਨਾਲ ਫਿਰ ਸੋਹਣੀਆਂ ਲੱਗਦੀਆਂ ਚੀਜ਼ਾਂ ਸਾਰੀਆਂ। ਹਾਂਜੀ, ਕੋਈ ਕਾਲ ਸੀਗੀ ਤੁਹਾਡੇ ਕੋਲ? ਹਾਂਜੀ ਹਾਂਜੀ, ਹੁਣ ਆਪਾਂ ਜਾਂਦੇ ਕਾਲਾਂ ਦਾ ਵੀ ਕਹਿੰਦੇ ਵੀ ਹੈਲੋ ਜੀ, ਹੈਲੋ ਜੀ, ਸਤਿ ਸ੍ਰੀ ਅਕਾਲ। ਤਾਂਤਾ ਲੱਗਿਆ ਜੀ ਕਹਿੰਦੇ। ਹਾਂ ਜੀ, ਸਤਿ ਸ੍ਰੀ ਅਕਾਲ ਜੀ, ਕੌਣ ਸਾਹਿਬ ਬੋਲ ਰਿਹਾ ਜੀ? ਸਭ ਤੋਂ ਪਹਿਲਾਂ ਤਾਂ ਤੁਹਾਨੂੰ ਧੰਨ ਸਤਿਗੁਰ ਨਾਨਕ ਦੀਆਂ ਬਹੁਤ ਬਹੁਤ ਵਧਾਈਆਂ ਜੀ, ਜਗਤ ਨੂੰ, ਆਪ ਜੀ ਨੂੰ ਵੀ। ਸਾਹਿਬ ਕੌਣ ਬੋਲ ਰਿਹਾ ਜੀ? ਮੈਂ ਕਿਹਾ ਬੱਲੇ ਬੱਲੇ ਹੋ ਗਿਆ, ਤਾਂ ਬੜੇ ਦਿਨਾਂ ਬਾਅਦ ਤੁਹਾਨੂੰ ਦੇਖਿਆ ਬਲੀਵ ਭਾਜੀ ਤੇ ਰਾਣੀ ਜੀ। ਹਾਂਜੀ, ਰਾਜ ਸ਼ੋਕਰਾਂ ਤੋਂ ਬੋਲਦਾ ਜੀ। ਰਾਜ ਸ਼ੋਕਰਾਂ ਤੋਂ? ਅਪਰਾ ਸ਼ੋਕਰਾਂ। ਹਾਂਜੀ ਹਾਂਜੀ, ਆ ਜਾਇਓ ਕਰੇ, ਛੇਤੀ ਮੋੜਾ ਲਾ ਲਿਆ ਕਰੋ। ਇੱਥੇ ਲੰਡਨ ਤੋਂ ਆ, ਮੈਂ ਹੀ ਦੱਸਦਾ ਵੀ ਬੜੇ ਦੇਖ ਲਿਆ ਕਰੋ ਉੱਥੇ ਵੀ। ਮੈਨੂੰ ਪਤਾ ਤੁਸੀਂ ਸਹੀ ਆ। ਹਾਂਜੀ, ਕੀ ਕਹਿਣਾ ਚਾਹੋਗੇ ਅੱਜ? ਅੱਛਾ, ਬਸ ਕੁਛ ਨੀ ਕਹਿਣਾ ਜੀ, ਪਤਾ ਬਸ ਧੰਨ ਹੋ ਗਈ ਜੀ, ਵਾਪਸ ਹੁਣ ਦੇਖ ਲਿਆ ਦੋਨਾਂ ਜਾਣਿਆਂ ਨੂੰ। ਹਾਂਜੀ, ਅਪਰੇ ਮਾਰਿਆ ਗੇੜਾ ਕਿ ਨਹੀਂ? ਤੁਸੀਂ ਦੱਸੋ ਕਿੱਦਾਂ ਸਿਹਤਾਂ ਪਰਿਵਾਰ? ਠੀਕ ਹੈ ਸਭ? ਆਪਣਾ ਟਾਈਮ ਦੱਸਿਆ, ਟਾਈਮ ਕਿਹੜੇ ਦਿਨ ਆਉਂਦੇ ਤੁਸੀਂ? 6 ਵਜੇ ਜੀ, ਸੋਮਵਾਰ ਨੂੰ। ਸੋਮਵਾਰ ਨੂੰ ਆਇਓ ਤੁਸੀਂ? ਹਾਂ, ਸੋਮਵਾਰ 6 ਵਜੇ। ਓਕੇ ਜੀ, ਓਕੇ। ਮੈਂ ਕਿਹਾ ਬਸ ਬਹੁਤ ਵਧੀਆ ਮੈਨੂੰ ਲੱਗਾ ਅੱਜ। ਥੈਂਕ ਯੂ ਜੀ। ਤਾਂਤਾ ਲੱਗਾ ਪਿਆ ਪਿੱਛੇ ਬਹੁਤ। ਹੈਲੋ ਜੀ, ਹੈਲੋ, ਹੈਲੋ ਜੀ, ਹੈਲੋ, ਆਜੋ ਆਜੋ ਛੇਤੀ, ਛੇਤੀ ਆਜੋ ਜੀ, ਛੇਤੀ। ਹੈਲੋ ਜੀ, ਜੈ ਗੁਰਦੇਵ। ਧੰਨ ਗੁਰਦੇਵ ਜੀ, ਗਗਨ ਜੀ, ਸਵਾਗਤ ਹੈ ਤੁਹਾਡਾ। ਹਾਂਜੀ ਜੀ, ਕਿੱਦਾਂ? ਠੀਕ ਆ ਜੀ। ਜੀ ਠੀਕ ਆ, ਤੁਸੀਂ ਸੁਣਾਓ, ਠੀਕ ਠਾਕ? ਬਸ ਵਧੀਆ ਜੀ। ਮੇਰੇ ਕੋਈ ਕਵਿਤਾ ਤਾਂ ਹੈ ਨਹੀਂ ਨਾ ਗਾਣਾ, ਮੈਂ ਤਾਂ ਦੋ ਗੱਲਾਂ ਕਰਨੀ ਜ਼ਰੂਰੀ ਜੀ। ਨਹੀਂ, ਗੱਲ ਵੀ ਕਰਨੀ ਜ਼ਰੂਰੀ ਆ। ਗੱਲ ਕਰੋ, ਗੱਲਾਂ ਦੀ ਕੀਮਤ ਤਾਂ ਬਹੁਤ ਹੁੰਦੀ ਆ ਜੇ ਹੁਕਮ ਹੋਵੇ ਤਾਂ। ਕਰੋ ਜੀ ਕਰੋ, ਅਸੀਂ ਤਾਂ ਤੁਹਾਡਾ ਇੱਥੇ ਟੀਵੀ ਹੈ, ਤੁਸੀਂ ਗੱਲ ਜਿੱਦਾਂ ਦੀ ਮਰਜ਼ੀ ਕਰੋ, ਤੁਹਾਡੇ ਟਾਈਮ। ਅਸੀਂ ਤਾਂ ਵਿਚੋਲੇ ਬੈਠੇ ਵਿੱਚ, ਬਾਕੀ ਤੁਸੀਂ ਤਾਂ ਟੈਲੀ ਆ। ਹਾਂਜੀ, ਸਭ ਤੋਂ ਪਹਿਲਾਂ ਸਤਿਗੁਰੂ ਨਾਨਕ ਮਹਾਰਾਜ ਜੀ ਦੇ ਗੁਰਪੁਰਬ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ। ਹਾਂਜੀ, ਸਾਰੀ ਦੁਨੀਆ ਨੂੰ ਲੱਖ ਲੱਖ ਵਧਾਈ ਉਹਨਾਂ ਦੇ ਚੰਨ ਦੀ ਗੁਰਪੁਰਬ ਦੀ। ਬਿਲਕੁਲ। ਦੂਜੀ ਗੱਲ ਜਿਹੜੀ ਕੰਮ ਦੀ ਕਰਨ ਵਾਲੀ ਇਹ ਆ ਕਿ ਦੇਖੋ, ਸਤਿਗੁਰੂ ਨਾਨਕ ਮਹਾਰਾਜ ਜੀ ਨੇ ਹਰ ਇੱਕ ਇਨਸਾਨ ਨੂੰ ਹਰ ਇੱਕ ਤਬਕੇ ਦੇ ਗੁਰੂ ਪੀਰ ਪੈਗੰਬਰ ਨੂੰ ਇੱਕ ਥਾਂ ਇਕੱਠਿਆਂ ਕਰਕੇ ਬਿਠਾਇਆ। ਬਿਲਕੁਲ। ਪਰ ਅਨਫੋਰਚੂਨੇਟਲੀ ਕਹਿ ਲਈਏ ਅਸੀਂ, ਜਾਂ ਸਾਡੇ ਗਾਂ ਲੋਕੀ ਜਿਹੜੇ ਜਿੱਦਾਂ ਜਿੱਦਾਂ ਆਈ ਗਏ, ਉਹਨੇ ਇੰਨੇ ਪਾੜੇ ਪਾਤੇ ਕਿ ਅਸੀਂ ਇੱਕ ਦੂਜੇ ਦੁਸ਼ਮਣ ਬਣੀ ਗਏ ਹੌਲੀ ਹੌਲੀ। ਬਿਲਕੁਲ। ਅਸੀਂ ਕਦੀ ਵੀ ਉਹਨਾਂ ਦੀ ਸਹੀ ਵਿਚਾਰਧਾਰਾ ਨੂੰ ਸਮਝਿਆ ਹੀ ਨਹੀਂ। ਅਸੀਂ ਇਸ ਕੰਮ ਚ ਖੁਸ਼ ਹੁੰਦੇ ਆ ਕਿ ਅਸੀਂ ਵੱਖਰੇ ਵੱਖਰੇ ਕਿੱਦਾਂ ਹੋਈਏ। ਵੰਡੀਆਂ ਪਾ ਲਈਆਂ ਆਪਣੀਆਂ, ਬਾਬਿਆਂ ਦੀਆਂ ਵੀ ਵੰਡੀਆਂ ਪਾ ਲਈਆਂ, ਬਾਬਿਆਂ ਦੀ ਕਈ ਹੋਈ ਗੱਲ ਨੂੰ ਕੋਈ ਸਮਝਦਾ ਕਿੱਥੇ, ਸਮਝਿਆ ਨੀ ਕਦੀ ਕਿਸੇ ਨੇ ਜੀ। ਅਸੀਂ ਵੱਡੇ ਛੋਟੇ ਦੇ ਚੱਕਰ ਵਿੱਚ ਫਸ ਗਏ, ਅਸੀਂ ਸਭ ਕੁਛ ਖਰਾਬ ਕਰ ਲਿਆ ਆਪਣਾ। ਹਾਂਜੀ, ਬਾਬਿਆਂ ਨੇ ਇੰਨੀਆਂ ਵੀ ਦੁੱਖ ਝੱਲੇ, ਸਾਰੇ ਬਾਬਿਆਂ ਨੇ, ਇੱਕ ਜਣੇ ਨੇ ਨੀ, ਸਭ ਨੇ। ਮੈਂ ਸਭ ਦੀ ਗੱਲ ਕਰ, ਸਾਰਿਆਂ ਨੇ ਇੱਦਾਂ, ਕਿਉਂਕਿ ਉਹ ਹਾਲਾਤ ਇਹੋ ਜਿਹੇ ਸੀਗੇ ਜਿੱਥੇ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ ਆਪਣੇ ਆਪ ਦੀ। ਹਾਂਜੀ, ਇਹੋ ਜਿਹੇ ਹਾਲਾਤਾਂ ਵਿੱਚ ਇਹੋ ਜਿਹੇ ਸਾਧੂ ਸੰਤਾਂ ਦਾ ਨਿਕਲ ਜਾਣਾ ਬਾਹਰ ਤੇ ਦੁਨੀਆਂ ਨੂੰ ਆਪਣੇ ਪਿੱਛੇ ਲਾ ਲੈਣਾ ਜਾਂ ਦੁਨੀਆਂ ਨੂੰ ਸਮਝਾ ਲੈਣਾ, ਇਹ ਬਹੁਤ ਵੱਡੀ ਗੱਲ ਸੀਗੀ ਜੀ। ਬਿਲਕੁਲ। ਤੇ ਅਸੀਂ ਅੱਜ ਇੰਨੇ ਪੜ੍ਹੇ ਲਿਖੇ ਹੋ ਕੇ ਵੀ ਅਸੀਂ ਨਾ ਇੱਕ ਦੂਜੇ ਦੇ ਦੁਸ਼ਮਣ ਬਣੇ ਪਏ ਹਾਂ ਸਭ। ਚੰਗੀ ਤਰ੍ਹਾਂ ਅਸੀਂ ਗੁਰਦੁਆਰਿਆਂ ਵਿੱਚ ਲੈ ਲਈਏ, ਕਿਸੇ ਸੰਸਥਾ ਵਿੱਚ ਲੈ ਲਈਏ, ਸਿਰਫ ਇੱਕ ਰੌਲਾ ਹੈਗਾ ਕਿ ਸਾਨੂੰ ਪ੍ਰਧਾਨਗੀ ਦੀ ਪੱਗ ਦੇ ਦਿਓ, ਬਾਕੀ ਠੀਕ ਹੈ ਸਭ ਕੁਛ ਜੀ। ਕਿਸੇ ਨੂੰ ਮਤਲਬ ਨਹੀਂ ਹੈਗਾ ਕਿ ਗੁਰੂ ਕੀ ਕਹਿੰਦੇ ਸੀਗੇ, ਗੁਰੂ ਚਾਹੁੰਦੇ ਕੀ ਸੀਗੇ, ਸਿਰਫ ਇਹ ਆ ਕਿ ਕਿਸ ਤਰ੍ਹਾਂ ਚਲਾਕੀਆਂ ਕਰਕੇ ਅਸੀਂ ਪ੍ਰਧਾਨਗੀ ਕਾਇਮ ਰੱਖੀਏ, ਆਪਣੀ ਚੌਧਰ ਕਾਇਮ ਰੱਖੀਏ, ਬਸ ਮੋਹਰੇ ਕਿੱਦਾਂ ਹੋਣਾ ਆ ਬਸ ਜੀ ਬਸ। ਉਹ ਹਰ ਇੱਕ ਸੰਸਥਾ, ਹਰ ਇੱਕ ਗੁਰੂ ਘਰ ਲਾ ਲਓ ਤੁਸੀਂ ਜੀ, ਕਿਸੇ ਵੀ ਧਾਰਮਿਕ ਪੋਲੀਟੀਕਲ ਕਿਸੇ ਪਾਸੇ ਵੀ ਲਾ ਲਓ। ਦੂਜੀ ਗੱਲ ਹੁਣ ਵੱਡੀ ਜਿਹੜੀ ਕਰਨ ਵਾਲੀ ਸੀਗੀ ਉਹ ਹੈਗੀ ਆ, ਜਿਹੜਾ ਕਿਸਾਨ ਅੰਦੋਲਨ ਦਾ ਜਿਹੜੀ ਜਿੱਤ ਹੋਈ ਆ ਨਾ, ਉਹ ਇੱਕ ਬਹੁਤ ਵੱਡਾ ਇਹ ਮੀਲ ਪੱਥਰ ਸਾਬਿਤ ਹੋਇਆ ਜੀ ਜੀ। ਇੱਕ ਗੱਲ ਤਾਂ ਪੱਕੀ ਹੋ ਗਈ ਕਿ ਸੰਵਿਧਾਨਕ ਤਰੀਕੇ ਦੇ ਨਾਲ ਅਸੀਂ ਕੋਈ ਵੀ ਕੰਮ ਕਰ ਸਕਦੇ ਹਾਂ। ਹਾਂਜੀ,
ਜਦੋਂ ਵੀ ਅਸੀਂ ਸੰਵਿਧਾਨ ਤੋਂ ਬਾਹਰ ਜਾ ਕੇ ਚੱਲਾਂਗੇ ਕੰਮ ਕਾਰ ਕਰਾਂਗੇ ਤਾਂ ਸਾਡਾ ਨੁਕਸਾਨ ਹੋਊਗਾ। ਇੱਕ ਸਾਲ ਲੋਕੀ ਕਿਸਾਨ ਬੈਠੇ ਰਹੇ ਸਬਰ ਦੇ ਨਾਲ, ਤਾਂ ਇਸ ਕਰਕੇ ਕਿਉਂਕਿ ਉਹਨਾਂ ਸੰਵਿਧਾਨ ਦੇ ਵਿੱਚ ਉਹਨਾਂ ਨੂੰ ਆਸ ਸੀਗੀ ਕਿ ਹੋ ਜਾਣਾ ਸਾਰਾ ਕੁਛ ਸਹੀ, ਤੇ ਸੰਵਿਧਾਨ ਦੀ ਪਾਵਰ ਆ ਕਿ ਮੋਦੀ ਨੂੰ ਝੁਕਣਾ ਪੈ ਗਿਆ। ਹਾਂਜੀ ਹਾਂਜੀ। ਸੋ ਸਾਨੂੰ ਸੰਵਿਧਾਨ ਦੀ ਪਾਵਰ ਤੇ ਉਹਦੀ ਕੀਮਤ ਨੂੰ ਸਮਝਣਾ ਜ਼ਰੂਰ ਚਾਹੀਦਾ। ਅਸੀਂ ਵਾਧੂ ਦੀਆਂ ਗੱਲਾਂ ਨਾ ਕਰੀਏ ਤੇ ਏਦਾਂ ਕਰ ਦਿਆਂਗੇ ਓਦਾਂ ਕਰ ਦਿਆਂਗੇ ਜਾਂ ਅਸੀਂ ਕਿਸੇ ਨੂੰ ਮਾਰ ਦਾਂਗੇ ਮਰ ਜਾਂਗੇ, ਇਹ ਗੱਲਾਂ ਬੰਦ ਕਰੀਏ। ਜੀ। ਕਿਸੇ ਵੀ ਦੇਸ਼ ਚ ਅਸੀਂ ਰਹਿੰਦੇ ਹੋਈਏ ਉੱਥੇ ਦੇ ਨਾ ਕਾਨੂੰਨ ਨੂੰ ਮੰਨਣਾ ਪੈਂਦਾ ਸਾਨੂੰ। ਸਮਝਦਾਰੀ ਤੋਂ ਕੰਮ ਲੈਣ ਦੀ ਲੋੜ ਆ, ਬਹੁਤ ਜ਼ਰੂਰੀ ਆ ਜੀ, ਸਮਝਦਾਰੀ ਬਹੁਤ ਜ਼ਿਆਦਾ ਜ਼ਰੂਰੀ। ਔਰ ਇਸ ਇਸ ਅੰਦੋਲਨ ਨੇ ਹਰ ਚੀਜ਼ ਨੂੰ ਮੈਨੇਜ ਕੀਤਾ, ਸਮਝਦਾਰੀ ਵੀ ਦਿਖਾਈ, ਜ਼ੋਰ ਵੀ ਦਿਖਾਇਆ, ਇਕਤਾ ਵੀ ਦਿਖਾਈ, ਸਿਆਣਪ ਵੀ ਦਿਖਾਈ, ਸਭ ਕੁਛ ਦਿਖਾਇਆ ਜੀ ਜੀ। ਔਰ ਇੱਕ ਰਾਸਤਾ ਕਲੀਅਰ ਕੀਤਾ ਆਉਣ ਵਾਲੇ ਜਨਰੇਸ਼ਨ ਲਈ ਕਿ ਤੁਸੀਂ ਏਦਾਂ ਵੀ ਕੰਮ ਕਰ ਸਕਦੇ ਆ। ਜ਼ਰੂਰੀ ਨਹੀਂ ਕਿ ਸਾਨੂੰ ਹਥਿਆਰ ਚੱਕ ਕੇ ਕੰਮ ਕਰਨੇ ਪੈਣੇ, ਨਹੀਂ ਨਹੀਂ, ਅਸੀਂ ਇਸ ਤਰ੍ਹਾਂ ਵੀ ਕਰ ਸਕਦੇ ਹਾਂ ਜਿੱਦਾਂ ਹੁਣ ਹੋਇਆ। ਹਾਂਜੀ, ਪੈਨ ਦੇ ਨਾਲ ਜਿਹੜਾ ਚੱਲ ਜਾਣਾ ਕੰਮ। ਥੈਂਕ ਯੂ ਗਗਨ ਸਾਹਿਬ, ਥੈਂਕ ਯੂ ਵੈਰੀ ਮਚ, ਬਹੁਤ ਸਾਰਾ ਤੁਹਾਡਾ ਵੱਡੀ ਚੀਜ਼ ਹੈ ਜੀ, ਥੈਂਕ ਯੂ ਬਹੁਤ ਬਹੁਤ ਤੁਹਾਡਾ, ਥੈਂਕ ਯੂ, ਤੁਹਾਡਾ ਸੁਨੇਹਾ ਪਹੁੰਚ ਗਿਆ, ਬਹੁਤ ਸੋਹਣੀ ਗੱਲਬਾਤ ਕੀਤੀ ਤੁਸੀਂ। ਹਾਂਜੀ ਗਗਨ ਸਾਹਿਬ ਕਮੈਂਟਰੀ ਤੋਂ ਜੀ, ਬਹੁਤ ਸੋਹਣੀਆਂ ਗੱਲਾਂ ਬਾਤਾਂ ਕਰਦੇ, ਪੜ੍ਹੇ ਲਿਖੇ ਨੌਜਵਾਨ ਆ, ਔਰ ਇਹ ਫ੍ਰੀਲੈਂਸਰ ਜਰਨਲਿਸਟ ਵੀ ਹੈਗੇ ਆ ਜੀ, ਤੇ ਇਹਨਾਂ ਨੇ ਪੜ੍ਹਾਈਆਂ ਵੀ ਇਦਾਂ ਦੀਆਂ ਕੀਤੀਆਂ ਹੈਗੀਆਂ। ਸੋ ਉਮੀਦ ਕਰਦੇ ਵੀ ਇਹਨਾਂ ਦੀ ਸਿਹਤਾਂ ਜਿਹੜੀਆਂ ਠੀਕ ਹੋ ਜਾਣ ਛੇਤੀ, ਫੇਰ ਹੁਣ ਇੱਥੇ ਆ ਕੇ ਗੱਲਬਾਤ। ਸਾਨੂੰ ਇਹ ਬੜੀ ਖੁਸ਼ੀ ਹੈ ਵੀ ਤੁਸੀਂ ਸਾਡੇ ਨਾਲ ਆ ਕੇ ਚੰਗੀ ਤਰ੍ਹਾਂ ਗੱਲਬਾਤ ਕਰਦੇ ਆ, ਪਹਿਲਾਂ ਇਹ ਵੀ ਮੁਸ਼ਕਲ ਸੀ ਜੇ ਆਪਾਂ ਕਾਲ ਵੱਲ ਚੱਲਦੇ। ਹੈਲੋ ਜੀ, ਮੈਂ ਗੁਰਵੇਜ ਕੌਰ ਭੈਣ ਜੀ ਬੋਲਦੀ ਆ। ਹਾਂਜੀ ਗੁਰਦੇਵ ਕੌਰ ਜੀ, ਸਵਾਗਤ ਹੈ ਤੁਹਾਡਾ, ਕਿੱਥੋਂ ਬੋਲ ਰਹੇ ਜੀ? ਗੁਰਵੇਜ ਕੌਰ ਆ ਮੈਂ ਬੋਲਦੀ ਇੱਥੋਂ ਬੁਲਬੁਲ ਹਮਟਨੋਂ। ਹਾਂਜੀ ਗੁਰਮੇਜ ਕੌਰ ਜੀ, ਕੀ ਕਹਿਣਾ ਚਾਹੁੰਦੇ? ਸਵਾਗਤ ਹੈ ਜੀ, ਅਸੀਂ ਤੁਹਾਡਾ ਪ੍ਰੋਗਰਾਮ ਦੇਖਦੇ ਹੁੰਦੇ ਆ ਹਰੇਕ ਹਫ਼ਤੇ, ਬਹੁਤ ਸੋਹਣਾ ਲੱਗਦਾ। ਥੈਂਕ ਯੂ ਤੇ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਚ ਕਰੇ ਜੀ ਤੇ ਤੰਦਰੁਸਤੀ ਬਖਸ਼ੇ। ਅਸੀਂ ਵਧਾਈ ਦੇਣੀ ਚਾਹੁੰਦੇ ਸਤਿਗੁਰੂ ਨਾਨਕ ਦੇਵ ਜੀ ਪ੍ਰਕਾਸ਼ ਦਿਹਾੜੇ ਦੀ ਜੀ, ਤੇ ਸਾਰੀ ਸੰਗਤ ਜੋ ਵੀ ਸਰੋਤੇ ਸੁਣਦੇ ਆ ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਵਧਾਈ ਤੁਹਾਨੂੰ ਵੀ ਜੀ। ਤੇ ਦੋ ਕੁ ਲਫ਼ਜ਼ ਮੈਂ ਬੋਲਣੇ ਚਾਹੁੰਦੀ ਆ ਜੀ, ਬੋਲੋ ਬੋਲ ਸਕਦੇ ਆ? ਹਾਂਜੀ ਹਾਂਜੀ ਬੋਲੋ। ਓਕੇ, ਨਨਕਾਣੇ ਵੱਲ ਨੂੰ ਜਾਣ ਦਿਆ ਰਾਈਆ ਵੇ, ਨਨਕਾਣੇ ਵੱਲ ਨੂੰ ਜਾਣ ਦਿਆ ਰਾਈਆ ਵੇ, ਮੇਰੇ ਸਤਿਗੁਰ ਨੂੰ ਸੁਨੇਹਾ ਦੇਵੀ ਜਾ, ਮੇਰੇ ਸਤਿਗੁਰ ਨੂੰ ਸੁਨੇਹਾ ਦੇਵੀ ਜਾ, ਜੇ ਮਿਲੇ ਤਾਂ ਆਖ ਸੁਣਾ ਦੇ ਮੀਂਹ, ਡੁੱਬਦੀ ਜਾਂਦੀ ਦੁਨੀਆਂ ਨੂੰ ਹੁਣ ਆ ਕੇ ਪਾਰ ਨੰਘਾ ਦੇਵੇ, ਨਨਕਾਣੇ ਵੱਲ ਨੂੰ ਜਾਂਦਿਆ ਰਾਈਆ ਵੇ, ਮੇਰੇ ਸਤਿਗੁਰ ਨੂੰ ਸੁਨੇਹਾ ਦੇਵੀ ਜਾ, ਉਹਦੇ ਚਰਨਾਂ ਦੀ ਧੂੜ ਲਿਆ ਦੇਵੀ, ਮੇਰੀ ਮਸਤਕ ਉੱਤੇ ਲਾ ਦੇਵੀ, ਨਨਕਾਣੇ ਵੱਲ ਨੂੰ ਜਾਂਦਿਆ ਰਾਈਆ ਵੇ, ਮੇਰੇ ਸਤਿਗੁਰ ਨੂੰ ਸੁਨੇਹਾ ਦੇਵੀ ਜਾ, ਮੇਰੇ ਸਤਿਗੁਰ ਨੂੰ ਸੁਨੇਹਾ ਦੇਵੀ ਜਾ। ਵੈਰੀ ਗੁੱਡ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੈਗਰ ਦੇਵ ਤੁਹਾਡਾ ਟਾਈਮ ਦੇਣ ਦਾ ਮੈਨੂੰ। ਕੋਈ ਨੀ ਕੋਈ ਨੀ, ਤੁਹਾਡਾ ਟਾਈਮ ਆ ਤੇ ਸਾਰੀ ਸੰਗਤ ਨੂੰ ਮੈਂ ਫੇਰ ਵਧਾਈ ਦੇ ਰਹੀ ਹਾਂ। ਸਤਿਗੁਰ ਗੁਰੂ ਨਾਨਕ ਜੀ ਆਪਣੀ ਸੰਗਤ ਤੇ ਮਿਹਰ ਭਰਿਆ ਹੱਥ ਰੱਖਣ, ਸਤਿਗੁਰ ਤੰਦਰੁਸਤੀਆਂ ਬਖਸ਼ਣ, ਅਸੀਂ ਇਹੀ ਅਰਦਾਸ ਕਰਦੇ, ਤੁਸੀਂ ਵੀ ਰਾਜੀ ਰਹੋ ਤੇ ਜੋ ਵੀ ਸੰਗਤ ਨੂੰ ਖੁਸ਼ ਕਰਦੇ ਆ। ਜੈ ਗੁਰਦੇਵ, ਧੰਨ ਗੁਰੂ, ਧੰਨ ਗੁਰੂਦੇਵ ਜੀ, ਥੈਂਕ ਯੂ ਜੀ। ਇਹ ਸੀ ਗੁਰਮੇਜ ਕੌਰ ਜੀ, ਤੁਸੀਂ ਵੀ ਠੀਕ ਠਾਕ ਰਹੋ ਤੇ ਤੁਸੀਂ ਵੀ ਬਹੁਤ ਸੋਹਣੀਆਂ ਗੱਲਾਂ ਬਾਤਾਂ ਕੀਤੀਆਂ ਤੇ ਨਾਲੇ ਜੋ ਵੀ ਤੁਸੀਂ ਇਹ ਸ਼ਬਦ ਦੀ ਲਾਈਨਾਂ ਪੜ੍ਹੀਆਂ ਬਹੁਤ ਸੋਹਣੀਆਂ ਸੀਗੀਆਂ, ਤਾਂ ਦੇਖੋ ਇਹਨਾਂ ਦੇ ਦਿਲ ਚ ਵੀ ਸਿਆਣੇ ਹੈਗੇ ਆ, ਤਾਂ ਫੇਰ ਵੀ ਪ੍ਰੋਗਰਾਮ ਤਾਂ ਜ਼ਰੂਰ ਦੇਖਦੇ ਆ। ਅਸੀਂ ਤੁਹਾਨੂੰ ਦੱਸੀਏ ਬਈ ਕੋਵਿਡ ਦਾ ਕਾਫੀ ਰੌਲਾ ਪੈ ਗਿਆ ਹੈਗਾ, ਚੱਲਦੇ ਚੱਲਦੇ ਗੱਲ ਅਸੀਂ ਕਰ ਲਈਏ ਹੁਣ, ਕਿਉਂਕਿ ਤੁਹਾਨੂੰ ਤੁਸੀਂ ਸਾਨੂੰ ਗੱਲ ਨਹੀਂ ਕਰਦੇ ਤੇ ਸਾਨੂੰ ਪਹਿਲਾਂ ਗੱਲ ਕਰਨ ਦਿਓ, ਫਿਰ ਸਾਨੂੰ ਕਾਲ ਲੈਂਦੇ ਆਪਾਂ ਦਾ, ਕਾਲ ਨੂੰ ਜਾਰੀ ਰੱਖਿਓ, ਆਪਾਂ ਇਹ ਲੈਣੀ ਆ ਕਾਲ ਬਈ। ਅੱਜ ਸੋਮਵਾਰ ਤੋਂ ਨਾ ਲੋਕਡਾਊਨ ਸ਼ੁਰੂ ਹੋਣੇ ਸੀਗੇ ਯੂਰਪ ਦੇ ਵਿੱਚ ਕਈ ਜਗ੍ਹਾ ਦੇ, ਔਰ ਲੋਕਡਾਊਨ ਸ਼ੁਰੂ ਹੋਏ ਤਾਂ ਲੋਕਾਂ ਨੇ ਪ੍ਰੋਟੈਸਟ ਕਰਨੇ ਸ਼ੁਰੂ ਕਰ, ਕਾਫੀ ਸਾਰੀਆਂ ਅੱਗਾਂ ਲੱਗਣੀਆਂ ਸ਼ੁਰੂ ਹੋ ਗਈਆਂ, ਕਾਫੀ ਸਾਰੇ ਵਾਟਰ ਕੈਨ ਉੱਥੇ ਯੂਜ਼ ਕੀਤੇ ਗਏ ਪੁਲਿਸ ਵੱਲੋਂ, ਜੋ ਵੀ ਹੈਗਾ ਉਹਨਾਂ ਨੂੰ ਦੌੜਾਉਣ ਲਈ ਨਾ ਕਰਨ ਇਹ, ਪਰ ਫਿਰ ਵੀ
लोग तो बहुत ही गिणती में होंगे आ तो चाहते नहीं बी जो लॉकडाउन लगे मुड़ के पर क्योंकि तंगी आ सरकार बी मौत ज्यादा हो सकदियाँ इस करके वह भी समझते उन्होंने पिछे भी साइंस बैठी आ बी असी लोगों को बचा कि कई गल्ला है तो लोगों की अपनी मजबूरी है सरकार की यह गल है भी जाना भी बचनी चाहिए क्योंकि लखा की गिणती में पहले जोड़े लोग सू सा भैन भरा सू छ जा चुके है इतने भी तो उत्थे भी तो भारत में भी हाँ जी तो इन जोड़ा है बेलजियम काफ़ी रौला रप्पा पिया है और नैदरलैंड आस्ट्रेलिया क्रोएशिया इन भी काफ़ी काफ़ी गलबात चल रही है और फुल लॉकडाउन जोड़ा आस्ट्रेलिया तो शुरू हो गया है पहला नैदरलैंड तो चली सी गलबात से ये काफ़ी इतने का भी हाले पता नहीं किधर गलबात जाए क्योंकि इतने तकरीबन तकरीबन 44,000-45,000 लोग जोड़े आ एक दिन जोड़े नवे केस आ उन्होंने कोविड हो जाता है निकलता है तो यह भी बहुत बड़ी गल है भी जो 44,000-45,000 हों तो फैलता गाहू तो बहुत सारे लोगों के अजे वैक्सीन लगन वाली हैगी छोटी उम्र लगन वाली बहुत सारी हैगी तो लाते नहीं घूमते भी बहर जाते हैं तो उन्होंने तो दोबारा दोबारा ये हो रहा है कुछ उदले आप गलबात कॉल तो बाद करते हैं जय गुरुदेव जी सत्या हाँ जी अपना कृपाल सिंह मैं बोल रहा नॉटिंगम तो जी नॉटिंगम तो कृपाल सिंह जी की हाल चाल है जी ਤੁਹਾਡਾ ਕੀ ਕਹਿਣਾ ਚਾਹੁੰਦੇ ਹੋ ਬਸ ਸਭ ਠੀਕ ਹੈ ਬਸ ਦੋ ਲਾਈਨਾਂ ਪਈ ਹਾਂ ਜੀ ਹਾਂ ਜੀ ਆ ਜਾਓ ਜੀ ਲੈ ਨਾਨਕ ਨਾਮ ਨਦਾਨ ਹੈ ਕੋਈ ਗੁਰਮੁਖ ਜਾਣੇ ਜੀ ਨਾਨਕ ਨਾਮ ਨਦਾਨ ਹੈ ਕੋਈ ਗੁਰਮੁਖ ਜਾਣੇ ਜਿਨ ਸਤਿਗੁਰ ਸੇਤੀ ਪੇਟਿਆ ਜਿਨ ਸਤਿਗੁਰ ਸੇਤੀ ਪੇਟਿਆ ਰੰਗ ਰਲੀਆਂ ਮਾਨੇ ਜੀ जी घर फूक के तमाशा पेंदे वेखना घर फूक के तमाशा पेंदे वेखना एवें नहीं फकीरी मिलदी धूआ बाल के खड्डा दा पेंदे सेकना धूआ बाल के खड्डा दा पेंदे सेकना एवें नहीं फकीरी मिलदी मैं क्या चढ़ गई वे तेरे नाम वाली मैनू चढ़ गई वे तेरे नाम वाली थैंक यू कृपाल सिंह जी बहुत बढ़िया नोटिकम तो जी हाँ जी ठीक है बढ़िया सिर्फ उधर बैठ गल बात हाँ जी कोई कॉल थोड़े को आ रही है अच्छा अच्छा असं गल करते भाई जोड़ा बूस्टर है ना खाना आप थोड़ी जी ए भी गल कर लीए एक लै होनी फिर गलत होनी नहीं हाँ जी चलो ठीक है कर लो हेलो जी हेलो जी जय गुरुदेव जी धन गुरुदेव जी तुसी किद्दा लेट हो गए जी अज पैन नानकी दे बेड़े बीर आ जा पुनिया द चंद बन के पैन नानकी दे बेड़े बीर आ जा पुनिया द चंद बन के मेरे बल देख रोंदे गलियां दे कख वे मेरे बल देख रोंदे गलियां दे कख वे जदों दा तू मेरे नाल होया वीरा वख वे फुल आया फुल का आके दी रखावे पुनिया द चंद बन के पैन नानकी दे बेड़े वीर आ जा पुनिया द चंद बन के पैन कहे आ जा वीर
देर त्यों लाइए औतिया भी पाके बीरा उंगला कसाइया वे तपे सीने आच ठंड वीर पाजा पुन्या द चंद बन के पुन्या द चंद बन के। जय गुरुदेव धन गुरुदेव धन गुरुदेव जी। थैंक यू रजिंदर जी, बहुत सोहना बहुत सोहना, तुसी बहुत वधिया, तुसी तां हमेशा वधिया गाउंदे आ, तुसी जाणदे आ। ते दोस्तों इत्थे समय की समाप्ति हो गई तकरीबन, ते आपां सारयां नूं तुहानूं कहिंदे वी तुसी हिस्सा जरूर लिया करो गल्लां बातां दे विच, ते सोहणे लगदा जदों कोई आपां किसे भी विशे दे उत्ते गल्लबात करदे आ, ते अज तुसी बहुत सोहणियां गल्लां बातां कीतियां और आप सब दा धन्नवाद। ते तुसी कहो कुछ। हांजी, जिन्ने भी भैण भरा आए आ सारयां ने प्रोग्राम च हिस्सा लिया, बहुत वधिया उन्हें शब्द गाए जिन्हें गलबात भी की, बहुत वधिया की, असीं सारयां दा बहुत बहुत थैंक यू करते हैं। तो इदां तुसीं नैक्सट वीक लई अपना प्रोग्राम बोलियां घोड़ियां रेडी रखियो, तो आप फिर नैक्सट वीक आप प्रोग्राम लैके आवेंगे, कोई होर भी गल्लां बातां करांगे विच। तो बाकी जिन्हें भी भैन भरा आए असीं सारयां दा बस थैंक यू करते हैं, तो बाकी पिछे भी रह गए जिहड़े उन्हां तों माफ़ी मंगते हैं, जिदां उन्हां दा नहीं जिदां उन्हां नूं टाइम मिलिया हैगा, टाइम दी समाप्ति है। तो साडे वल्लों बहुत प्यार दे नाल सब नूं गुड नाइट जी, गुड नाइट जी, गुड नाइट, गुड नाइट, ख्याल रखियो अपना।